जस्ट भी देख रहे हो तुसीं, मैं केपी सिंह तुहाडा स्वागत करदा। पंजाब विच आम आदमी पार्टी आई सी तां आम आदमी पार्टी ने कहा सी सियासत दी सफाई करनी हैगी, सियासत चों सफाई करनी है, पर हुण आम आदमी पार्टी हौली हौली साफ हो रही है। इस करके ही सवाल पुछांगे जरूर कि पंजाब चों झाड़ू साफ है। ਅਸੀਂ ਬਹਿਸ ਕਿਉਂ ਕਰ ਰਹੇ ਹਾਂ ਟੂ ਦਾ ਪੁਆਇੰਟ ਵੇ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਆਪਦਾ 2019 ਲਈ ਪਲਾਨ ਹੈ, ਮਿਸ਼ਨ 2019 ਲਈ ਪੰਜਾਬ, ਆਪਦੇ ਡੋਰ ਟੂ ਡੋਰ ਪਲਾਨ 'ਤੇ ਸਿਆਸੀ ਸੰਕਟ ਹੋਰ ਵੱਧ ਗਿਆ। ਨਾਜਰ ਸਿੰਘ ਮਾਨਸ਼ਾਹੀਆ ਅਤੇ ਸੁਖਪਾਲ ਸਿੰਘ ਖਹਿਰਾ ਦੇ ਨਵੇਂ ਫੈਸਲਿਆਂ ਨੇ ਨਵੀਂ ਬਹਿਸ ਛੇੜ ਦਿੱਤੀ ਹੈ। ਆਪ ਤੋਂ ਬਾਕੀ ਨਾਜਰ ਸਿੰਘ ਮਾਨਸ਼ਾਹੀਆ ਨੇ ਕੈਪਟਨ ਦੀ ਹਾਇਰੀ ਵਿੱਚ ਕਾਂਗਰਸ ਹੱਥ ਫੜ ਲਿਆ। ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ। ਪੀਡੀਏ ਵੀ ਇਹਨਾਂ ਨੇ ਗਠਿਤ ਕੀਤਾ ਅਤੇ ਉਸ ਤੋਂ ਬਾਅਦ ਬੜੇ ਸਵਾਲ ਉੱਠਦੇ ਸੀ ਸੁਖਪਾਲ ਸਿੰਘ ਖਹਿਰਾ ਨੇ। ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਕਿ ਨੈਤਿਕਤਾ ਇਹਨੂੰ ਕਹਿੰਦੇ ਆ, ਅਸਤੀਫਾ ਦੇ ਦਿੱਤਾ। ਮਾਨਸਾ ਤੋਂ ਵਿਧਾਇਕ ਬਣੇ ਸਨ ਮਾਨਸ਼ਾਹੀਆ, ਪਲਾਤੋਂ ਜਿੱਥੇ ਸਨ ਸੁਖਪਾਲ ਸਿੰਘ ਖਹਿਰਾ। 20 ਚੋਂ 4 ਵਿਧਾਇਕਾਂ ਦੇ ਵੱਖਰੇ ਰਾਹਾਂ ਵਿੱਚ ਐਚਐਸ ਫੁਲਕਾ ਅਤੇ ਮਾਸਟਰ ਬਲਦੇਵ ਸਿੰਘ ਦਾ ਨਾਮ ਵੀ ਸ਼ਾਮਲ ਹੈਗਾ। ਇੱਕੋ ਸਵਾਲ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਆਪ ਦਾ ਐਕਸਿਟ ਪੋਲ ਕੀ ਕਹਿੰਦਾ? ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਜਗਤਾਰ ਸਿੰਘ ਸੰਘੇੜਾ। ਇਹਨਾਂ ਲਈ ਅੱਜ ਦੀ ਡਿਬੇਟ ਬੜੀ ਔਖੀ ਹੋਵੇਗੀ। ਸੰਘੇੜਾ ਸਾਹਿਬ ਸੂਬਾ ਸਕੱਤਰ ਨੇ ਨਾਲ ਆਮ ਆਦਮੀ ਪਾਰਟੀ ਦੇ। ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸੁਰਜੀਤ ਸਿੰਘ ਸਵੈਚ ਕਾਂਗਰਸ ਦੇ ਬੁਲਾ ਰਹੇ ਆ, ਸਵੈਚ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਬੂਟਾ ਸਿੰਘ ਬਰਾਕੀ, ਪੰਜਾਬ ਏਕਤਾ ਪਾਰਟੀ ਦੇ ਬੁਲਾ ਰਹੇ ਆ, ਬੂਟਾ ਸਿੰਘ ਬਰਾਕੀ ਤੁਹਾਡਾ ਬਹੁਤ ਸਵਾਗਤ ਹੈ। ਤਰਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ, ਤਰਲੋਚਨ ਸਿੰਘ ਜੀ ਨੂੰ ਲੰਬਾ ਤਜਰਬਾ ਹੈਗਾ ਆਪ ਬਾਰੇ, ਇਹਨਾਂ ਨੇ ਬੜਾ ਕੁਝ ਲਿਖਿਆ ਹੈਗਾ ਅਤੇ ਆਪ ਨੂੰ ਬੜਾ ਨੇੜਿਓ ਜਾਣਦੇ ਹੈਗੇ ਆ, ਅਤੇ ਆਪ ਵਿੱਚ ਤੂੰ ਤੂੰ ਮੈਂ ਕਿਉਂ ਹੁੰਦੀ ਹੈ, ਇਸ ਬਾਰੇ ਵੀ ਤਰਲੋਚਨ ਸਿੰਘ ਜਾਣਦੇ ਆ, ਅਤੇ ਆਪ ਉੱਤੇ ਸੰਕਟ ਹੈ ਕਿਹੜਾ, ਅਤੇ ਤੀਜਾ ਐਲਓਪੀ ਤੱਕ ਆਪ ਪਹੁੰਚੀ ਕਿਵੇਂ, ਇਹ ਸਾਰੇ ਮਸਲਿਆਂ ਬਾਰੇ ਤਰਲੋਚਨ ਸਿੰਘ ਜੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਲ ਸੰਘੇੜਾ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਸੰਘੇੜਾ ਸਾਹਿਬ, ਕੁਝ ਫਰਕ ਤਾਂ ਪਿਆ ਨਹੀਂ ਕਿ ਪੈ ਗਿਆ? ਦੇਖੋ, ਆਮ ਆਦਮੀ ਪਾਰਟੀ ਦਾ ਸਰਦਾਰ ਨਾਜਰ ਸਿੰਘ ਹੋਣਾ ਕਰਕੇ ਜਿਹੜਾ ਨੁਕਸਾਨ ਹੋਣਾ ਸੀ ਉਹ ਪਹਿਲਾਂ ਹੋ ਚੁੱਕਾ ਆ। ਅੱਜ ਤਾਂ ਸਿਰਫ ਦਿਲ ਟੁੱਟਿਆ, ਕਿਉਂਕਿ ਇਹ ਨਾਜਰ ਸਿੰਘ ਮਾਨਸ਼ਾਹੀਆ ਇੱਕ ਤੁਹਾਡਾ ਟੁੱਟਿਆ ਕਿ ਖਹਿਰਾ ਸਾਹਿਬ ਦਾ ਟੁੱਟਿਆ? ਖਹਿਰਾ ਸਾਹਿਬ ਦਾ ਮਨ ਨਹੀਂ ਪਤਾ, ਦਿਲੋਂ ਟੁੱਟਿਆ ਜਾਂ ਉੱਪਰੋਂ ਉੱਪਰੋਂ ਟੁੱਟਿਆ ਮਨ ਨਹੀਂ ਪਤਾ, ਬਟ ਹੀ ਇਜ਼ ਡੂਇੰਗ ਦੀਜ਼ ਡੇਜ਼। ਬਟ ਮੈਂ ਉਹ ਭਾਵੇਂ ਨਾਰਾਜ਼ ਚੱਲ ਰਿਹਾ ਸੀ ਸਾਡੇ ਨਾਲ, ਬਟ ਮੈਂ ਜਿਹੜਾ ਗਰੁੱਪ ਨਾਰਾਜ਼ ਚੱਲ ਰਿਹਾ ਆ ਉਹਨਾਂ ਦੇ ਵਿੱਚੋਂ ਸਾਰਿਆਂ ਨਾਲੋਂ ਸਿਆਣੇ ਮੈਂ ਇਹਨਾਂ ਨੂੰ ਸਮਝਦਾ ਸੀ। ਮੇਰੀ ਜਜਮੈਂਟ ਰੋਂਗ ਹੋ ਸਕਦੀ ਹੈ ਵੈਸੇ, ਆਈ ਡੋਂਟ ਨੋ, ਬਟ ਇਹਨਾਂ ਸਾਰਿਆਂ 'ਚ ਮੈਂ ਸਿਆਣੇ ਸਮਝਦਾ ਸੀ। ਔਰ ਮੈਨੂੰ ਆਸ ਸੀਗੀ ਵੀ ਜਦੋਂ ਵੀ ਇਹਨਾਂ ਦਾ ਦਿਲ ਖੱਟਾ ਹੋਇਆ ਤਾਂ ਇਹ ਵਾਪਸ ਆ ਜਾਣਗੇ। ਇਹ ਤਾਂ ਮੈਂ ਕਦੇ ਵੀ ਨਹੀਂ ਸੀ ਸੋਚਿਆ ਵੀ ਇਹ ਕਾਂਗਰਸ 'ਚ ਵੀ ਜਾ ਸਕਦੇ ਆ ਜਾਂ ਇਸ ਤਰ੍ਹਾਂ ਦਾ ਕੰਮ ਵੀ ਕਰ ਸਕਦੇ ਆ। ਔਰ ਇਹ ਵੀ ਉਸ ਸਮੇਂ ਜਿਹਦਾ ਕੋਈ ਰੀਜ਼ਨ ਹੀ ਨਹੀਂ ਬਣਦਾ, ਜਾਂ ਤਾਂ ਕੋਈ ਘਟਨਾਕ੍ਰਮ ਕੁਛ ਇਸ ਤਰ੍ਹਾਂ ਦਾ ਹੋਇਆ ਹੋਵੇ। ਸੋ ਇਹਨਾਂ ਦੀ ਜਿਹੜੀ ਪ੍ਰੈਜੈਂਟ ਐਕਸ਼ਨ ਆ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦਾ ਨੁਕਸਾਨ ਇਹ ਪਹਿਲਾਂ ਕਰ ਚੁੱਕੇ ਆ। ਰਾਦਰ ਜਿਹੜਾ ਗਰੁੱਪ ਲਾਗੂ ਆਮ ਆਦਮੀ ਪਾਰਟੀ ਦਾ ਕੋਈ ਸੰਕਟ ਨਹੀਂ ਵਧਿਆ, ਨਾਜਰ ਸਿੰਘ ਮਾਨਸ਼ਾਹੀਆ ਦੀ ਐਮਐਲਏਸ਼ਿਪ ਵਿੱਚ ਗਈ ਆ। ਦੇਖੋ ਉਹ ਅਲੱਗ ਚੀਜ਼ ਆ, ਜਿਹੜੀ ਵਿਧਾਨ ਸਭਾ ਦੇ ਵਿੱਚ ਇੱਕ ਸੀਟ ਕੱਟਣੀ ਹੋਰ ਜਾਂ ਹੋਣਾ ਉਹ ਗੱਲਾਂ ਅਲੱਗ ਨੇ, ਪਰ ਜਿਹੜਾ ਸਿਆਸੀ ਤੌਰ ਤੇ ਸਾਡਾ ਪਹਿਲਾਂ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਆ। ਇਹਦੇ ਨਾਲ ਸਗੋਂ ਇਹ ਪਰਦਾ ਫਾਸ਼ ਹੁੰਦਾ ਆ ਭਈ ਉਹ ਲੋਕ ਜਿਹੜੇ ਪਾਣੀ ਪੀ ਪੀ ਅਰਵਿੰਦ ਕੇਜਰੀਵਾਲ ਨੂੰ ਕੋਸਦੇ ਰਹੇ ਆ, ਉਹ ਲੋਕ ਜਿਹੜੇ ਪਾਣੀ ਪੀ ਪੀ ਭਗਵੰਤ ਮਾਨ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਉਂਦੇ ਰਹੇ ਆ, ਅਸੀਂ ਉਹਨਾਂ ਨੂੰ ਚੈਲੰਜ ਕਰਦੇ ਹਾਂ ਵੀ ਇੱਕ ਰੁਪਏ ਦਾ ਦੋਸ਼ ਤਾਂ ਲਾਓ ਹੈਂਜੀ, ਤੇ ਜਿਹੜਾ ਉਹ ਖੁਦ ਮੁਖਤਿਆਰੀ ਤੇ ਹੋਰ 3600 ਚੀਜ਼ਾਂ ਕਹਿੰਦੇ ਸੀਗੇ, ਹੁਣ ਦਿੱਲੀ ਨਹੀਂ ਜਾਇਆ ਕਰਨਗੇ, ਹੁਣ ਰਾਹੁਲ ਜੀ ਦੇ ਪੈਰਾਂ 'ਚ ਨਹੀਂ ਜਾ ਕੇ ਬੈਠਣਗੇ। ਕੈਪਟਨ ਸਾਹਿਬ ਨੇ ਤਾਂ ਕੈਪਟਨ ਸਾਹਿਬ ਤਾਂ ਆਪਣੇ ਕੈਬਨਿਟ ਮੰਤਰੀਆਂ ਨੂੰ ਨਹੀਂ ਮਿਲਦੇ, ਇਹ ਕਿੱਥੇ ਬਾਹਰ ਬੈਠਿਆ ਕਰਨਗੇ? ਫਿਰ ਇਹਨਾਂ ਨੂੰ ਰਾਸ ਨਹੀਂ ਆਇਆ ਵੀ ਪਾਰਟੀ ਪ੍ਰਧਾਨ ਜਿਹੜਾ ਤੁਹਾਡੇ ਨਾਲ ਥੱਲੇ ਦਰੀ ਤੇ ਬੈਠਦਾ ਜਾਂ ਇੰਨਾ ਸਿੰਪਲ ਬੰਦਾ ਸਧਾਰਨ ਬੰਦਾ ਆ, ਘਰਾਂ ਤੋਂ ਸੱਦ ਕੇ ਇਹਨਾਂ ਨੂੰ, ਠੀਕ ਆ ਇਹ ਸਰਕਾਰੀ ਜੋਬ 'ਚ ਸੀਗੇ ਮੇਰੇ ਵਾਂਗੂ, ਇਹਨਾਂ ਦੀ ਕਾਰਗੁਜ਼ਾਰੀ ਵੀ ਚੰਗੀ ਰਹੀ ਆ, ਪਰ ਜਿਸ ਤਰ੍ਹਾਂ ਇਹ ਓਵਰ ਨਾਈਟ ਸਿਆਸਤ ਦੇ ਵਿੱਚ ਵਰੇ ਲੱਗ ਜਾਂਦੇ ਆ ਇਸ ਲੈਵਲ ਤੱਕ ਪਹੁੰਚਣ ਲਈ, ਜ਼ਿੰਦਗੀ ਲੱਗ ਜਾਂਦੀ ਉਸ ਪੱਧਰ ਤੱਕ ਪਹੁੰਚਣ ਲਈ, ਸਿਰਫ ਝਾੜੂ ਦਾ ਸਹਾਰਾ ਲੈ ਕੇ ਅਰਵਿੰਦ ਕੇਜਰੀਵਾਲ ਦੇ ਦਸਤਕਾਂ ਵਾਲੀ ਚਿੱਠੀ ਲੈ ਕੇ ਰਾਤੋ ਰਾਤ ਇਹ ਸਿਆਸਤ ਦੇ ਵਿੱਚ ਕਈਆਂ ਲੋਕਾਂ ਨੂੰ ਪਿੱਛੇ ਛੱਡ ਕੇ ਲੋਕਾਂ ਦੇ ਵਿੱਚ ਆ ਗਿਆ ਸੀ। ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਰਾਤੋ ਰਾਤ, ਉਹਨਾਂ ਆਮ ਆਦਮੀਆਂ ਨੂੰ, ਉਹਨਾਂ ਲੋਕਾਂ ਨੂੰ, ਉਹਨਾਂ ਵੋਟਰਸ ਨੂੰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਨਾਜਰ ਸਿੰਘ ਮਾਨਸ਼ਾਹੀਆ ਨੇ ਧੋਖਾ ਦਿੱਤਾ, ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ, ਉਹ ਲੋਕ ਇਹਨਾਂ ਨੂੰ ਕਦੀ ਵੀ ਮੁਆਫ਼ ਨਹੀਂ ਕਰਨਗੇ। ਠੀਕ ਹੈ, ਠੀਕ ਹੈ। ਬੂਟਾ ਸਿੰਘ ਬਰਾਕੀ, ਤੁਹਾਡੇ ਵੀ ਪ੍ਰਧਾਨ ਸਾਹਿਬ ਕਹਿ ਰਹੇ ਆ ਮੈਨੂੰ ਐਮਐਲਏ ਸਾਹਿਬ ਦੇ ਜਾਣ ਦਾ ਬੜਾ ਦੁੱਖ। ਨਹੀਂ, ਬਿਲਕੁਲ ਬਿਲਕੁਲ, ਦੇਖੋ ਕਿਸੇ ਪਰਟੀਕੁਲਰ ਪਾਰਟੀ ਨੂੰ ਹੀ ਨਹੀਂ, ਕਿਸੇ ਇੰਡੀਵਿਜੁਅਲ ਨੂੰ ਨਹੀਂ, ਮੈਂ ਮਹਿਸੂਸ ਕਰਦਾ ਜਿਸ ਤਰ੍ਹਾਂ ਨਾਜਰ ਸਿੰਘ ਮਾਨਸ਼ਾਹੀਆ ਸਾਹਿਬ ਦੀ ਕਾਰਸ਼ੈਲੀ ਸੀਗੀ, ਉਹਨਾਂ ਦੀ ਓਬਜ਼ਰਵੇਸ਼ਨ ਸੀਗੀ ਪੋਲੀਟੀਕਲ ਸਿਨੈਰੀਓ ਨੂੰ ਲੈ ਕੇ ਪੰਜਾਬ ਦੇ ਵਿੱਚ, ਜਿਹੜੀ ਇੱਕ ਥਰਡ ਮੂਵਮੈਂਟ ਚੱਲ ਰਹੀ ਸੀਗੀ ਪੰਜਾਬ ਦੇ ਵਿੱਚ, ਬਦਲਾਓ ਦੀ ਰਾਜਨੀਤੀ, ਕਿਤੇ ਨਾ ਕਿਤੇ ਭਾਵਾਂ ਉਹ ਮਾਈਨਸ 'ਚ ਹੀ ਹੋਵੇ ਉਸ ਚੀਜ਼ ਨੂੰ ਵੀ ਪ੍ਰਭਾਵਿਤ ਹੋਈ ਆ, ਕਿਉਂਕਿ ਉਹ ਬੜੇ ਸਿਆਣੇ ਬੜੇ ਸੂਝਵਾਨ ਪੰਜਾਬ ਦੀ ਰਾਜਨੀਤੀ ਨੂੰ ਓਬਜ਼ਰਵ ਕਰਨ ਵਾਲੇ, ਅਤੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਉਹ ਮੂੰਹ ਫੱਟ ਸੀਗੇ,
भी झट देने केजरीवाल नूं जां किसे नूं भी वह दोषी ठहरा देंदे सीगे। ते मैं सुखपाल सिंह खहिरा तो जा सने तां नहीं सी नहीं ओ, ओ, देखो सियाणप आपदी सी सुखपाल सिंह खहिरा एक होर फ्रंट ते ज्यादा सियाणे सी इस करके चले गए। नहीं नहीं के पी सिंह जी अज की देखो मैं इनिशिएट कर रहा वा डिबेट इवें तो आप उलझन च तो पै सकते हैं सियाने तो मेरा मतलब सीगा उन्हां दी सियाणप दा जिहड़ा दायरा सीगा वो आपदे तक सीगा वो इहो जे नहीं सीगे वो पंजाब प्रति दर्द रखते सी। मैं यही दो सेंटेंस कहना चाहुंदा इनिशिएशन डिबेट दे विच भी जिन्ने भी कदम वह चले ने पंजाब विच तब्दीली नूं लैके उन्हां नूं मैं सिजदा करदा उन्हां नूं जिया करदा। सैकेंडली मैं ये कहना चाहुंदा बई वह जिवें शायर आ यूं ही कोई बेवफा नहीं होता उनकी भी कुछ मजबूरियां रही होगी। ठीक है एक तुसीं कैप्टन अमरिंदर सिंह नूं नवां भजन नाल कहता। देखो कैप्टन अमरिंदर सिंह दा के पी सिंह जी रिकॉर्ड आ जिवें पहलां उन्होंने दो कॉमरेड रलाए सीगे पक्के तो जदों 2002 दे विच सुखपाल सिंह खहिरा नूं की कहांगे फिर असीं सुखपाल सिंह खहिरा नूं तुसीं भजन लाल जाओ नहीं कह सकदे की कहांगे फिर की कहांगे वह तो देखो हरियाणा दी सियासत पंजाब विच एंटर करवा रहे हो भजन लाल कह के दसो नहीं तां इह चीज़ समझ नहीं के पी सिंह जी वह एक जिहड़ा अज देखो तीजे फ्रंट की जिहड़ी एक पंजाबी महसूस कर रहे ने उस दी उन्होंने जिम्मेवारी ली है। जे वह चाहते तो चुप करके बैठ सकते सीगे गुलामी कट सकते सीगे पर उन्होंने उस चीज़ की उन्होंने इनिशिएट किया शुरुआत की परमात्मा बल बख्शूगा। ठीक है सरजीत सिंह स्वैच हुण सारा कुछ कांग्रेस से आ रहा कैप्टन अमरिंदर सिंह नूं भजन लाल कहा जाण लग पिया जी जिहड़ा खहिरा साहब वास्ते आम आदमी पार्टी वास्ते ये जिहड़ा मानसा जी का कांग्रेस भी शामिल होना है इन्हों बहुत डूंगा सदमा लगे बिल्कुल सदमे के फिर बंदा अवा तवा बोल जाता गलत फलत बोल जाता तो इन्हें ज़्यादा असं अहमियत नहीं देंगे है आपकी सोच इन्हों की लेकिन ये दोनों ने मनिया इन्होंने कि जेडे मानसिया साहब ने बड़े साफ छवि वाले ईमानदार मेहनती इंसान ने ते अच्छे लीडर ने एक तो इस करके साड़ी पार्टी च आए ने साड़ी पार्टी में बड़ा फायदा होगा। कैप्टन अमरिंदर सिंह इसे लिए पंजाब आम आदमी पार्टी समझौता करने के खिलाफ से भी उन्होंने नाल एम एल ए संपर्क में है तो कल ही समझौता करना मैं वैसे लियाऊंगा नहीं देखो है हूँ तुम जी अपनी इमेजिनेशन जिम्मे मर्जी करी इमेजिनेशन नहीं है तो कोई गलबात थोड़ी है तो रात गल हुई तो सवेरे शामिल हो गए नहीं ऐसी कोई गल नहीं हैगी तो आपके तौर पर अलग जोड़ा क्योंकि पंजाब आम आदमी पार्टी जी हैगी है पहला ही जो आधार खो चुकी है अपना जी तो आप देखिए ही घटता 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 ग्राफ थे चलो तुसन जी कि पंजाब चो झाड़ू साफ देखो के पी जी मैं तो ये कहूँगा भी झाड़ू साफ ज आम आदमी पार्टी को झटका लगा ये मैं बहुत छोटी गल समझा नाजर सिंह नाल जोड़ के मैनू संघेड़ा साहब की तो इन मित्र की गल बहुत चंगी लगी है खहिरा साहब की पार्टी बरागी साहब की देखो आप सिर्फ नाजर सिंह उन्होंने गल कर लीए नाजर सिंह होनी आम आदमी पार्टी के प्लेटफार्म तो केजरीवाल का झंडा चक के ये गल कह के मानसा के लोगों को गए से भी जे मैनू तुसीं एम एल ए बनाओगे मैं पंजाब नूं भ्रिष्टाचार तो मुक्त कर दूंगा तो सारे दुख दारू दूर कर दाँगा नाल उन्होंने ये भी जरूर कहा होगा भी अकाली दल तो कांग्रेस जिहड़ी है इन्हां ने पंजाब का बेड़ा गर्क कर दिता तो जदों वो अज पंजाब का उन्होंने शब्दों मुताबक पंजाब का बेड़ा गर्क करने वाली पार्टी के मुख्यमंत्री के गोडियां को जाके बैठे होणगे तो उत्थे शामिल होए होणगे तो तुसीं मैनूं दसो खास करके मानसा के लोगों का तो आम करके पंजाब के लोग जिहड़े आम आदमी पार्टी के थड़े ते बैठ के थड़े ते देख के कहिंदे सी भी पंजाब च इनकलाब लिआउणा उन्हां दीआं भावनावां किवें हर्ट होईआं होणगीआं। दूजा गल जिहड़ी मैं कहणी चाहुंदा नाजर सिंह मनसाईआ जदों सुखपाल खहिरा होणा कोलों पार्टी ने विरोधी धिर दे लीडर दी कुर्सी खोही सी ते उह पंजाब दी खुद मुख्तियारी दा झंडा चक के मैदान च आए सी भी केजरीवाल जड़ा है ये पंजाबियों ते डिक्टेटरशिप चलाउंदा सानू उहदी डिक्टेटरशिप परवान नहीं ते के पी जी कांग्रेस जड़ी है वह कित्थों चलती है सारी दिल्ली तो चलती है ते जदों अज वह उस पार्टी च शामिल होए ने ते मैनू निजी तौर पर बड़ा अफसोस मैं समझदा सी भी आम आदमी पार्टी च कुछ जिहड़े सियाणे सोहज और मैं कहूँगा भी जिहड़े
ਜਿਹੜੇ ਜਿਹੜੇ ਮਾੜੀ ਮੋਟੀ ਔਕਾਤ ਰੱਖਦੇ ਨੇ ਉਹਨਾਂ ਵਿੱਚ ਇੱਕ ਨਾਜਰ ਸਿੰਘ ਮਨਸਾਈਆ ਵੀ ਸੀ। ਰੋਜਰ ਸਿੰਘ ਜੀ, ਨਾਜਰ ਸਿੰਘ ਮਾਨਸਾਈਆ ਬਾਰੇ ਤੁਸੀਂ ਸਾਰੇ ਸਿਫਤ ਕਰਦੇ ਪਏ। ਨਾਜਰ ਸਿੰਘ ਮਾਨਸਾਈਆ ਆਪਦੀ ਪਾਰਟੀ ਲਈ ਇੱਥੇ ਬਹਿ ਕੇ ਇਹਨਾਂ ਕੁਰਸੀਆਂ 'ਤੇ ਲੜਦੇ ਰਹੇ ਸਾਡੇ ਨਾਲ, ਲੜਦੇ ਰਹੇ ਕਾਂਗਰਸ ਅਕਾਲੀ ਦਲ ਨੂੰ ਇੱਥੇ ਕੋਸਦੇ ਰਹੇ ਕੋਸਦੇ ਰਹੇ। ਸੋ ਮੈਂ ਸਮਝਦਾ ਵੀ ਓਵਰਆਲ ਨਾਜਰ ਸਿੰਘ ਦਾ ਇੱਦਾਂ ਜਾਣ ਨਾਲ ਪੰਜਾਬ ਦੇ ਲੋਕਾਂ 'ਚ ਇੱਕ ਵਿਸ਼ਵਾਸ ਦੀ ਭਾਵਨਾ ਖਤਮ ਹੋਊਗੀ। ਉਹ ਸਿਆਸੀ ਲੀਡਰਾਂ 'ਤੇ ਜਿਹੜਾ ਵਿਸ਼ਵਾਸ ਥੋੜ੍ਹਾ ਬਹੁਤਾ ਹੈ ਉਹਨੂੰ ਵੀ ਖੋਰਾ ਲੱਗੂਗਾ। ਮੈਂ ਛੋਟਾ ਬ੍ਰੇਕ ਲੈ ਲਓ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ ਕਿ ਲੋਕਾਂ ਦੇ ਵਿਸ਼ਵਾਸ ਤੋੜਨ ਵਾਲੀ ਸਿਆਸਤ ਦੀ ਸ਼ੁਰੂਆਤ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਹੋ ਗਈ ਹੈ। ਸਵਾਲ ਇੱਥੇ ਇੱਕ ਰੁਕਦਾ ਹੈਗਾ, ਸਵਾਲ ਇਸ ਨਾਲ ਇਹ ਵੀ ਪੁੱਛਿਆ ਜਾਵੇਗਾ ਜ਼ਿਮਨੀ ਚੋਣ ਵਾਲੀ ਜੰਗ ਹੈ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ, ਉਹ ਜੰਗ ਕਿਸ ਨੂੰ ਸੂਟ ਕਰੇਗੀ ਅਤੇ ਉਸ ਜੰਗ ਦਾ ਫਾਇਦਾ ਕਿਸ ਨੂੰ ਹੋਵੇਗਾ, ਬ੍ਰੇਕ ਤੋਂ ਵਾਪਸ ਆ ਕੇ ਪੁੱਛਾਂਗੇ ਜ਼ਰੂਰ। ਸਵਾਲ ਕਿਉਂ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ 'ਚ ਆਪ ਦਾ ਐਕਸਿਟ ਪੋਲ ਕੀ ਕਹਿੰਦਾ? ਤਰਲੋਚਨ ਸਿੰਘ ਜੀ, ਮੈਂ ਜੇ ਡਿਬੇਟ ਛੱਡ ਕੇ ਗਿਆ ਸੀ ਉੱਥੇ ਸ਼ੁਰੂਆਤ ਕਰਨਾ ਚਾਹੁੰਦਾ। ਤਰਲੋਚਨ ਸਿੰਘ ਜੀ, ਸਵਾਲ ਇਹ ਸੀਗਾ ਜ਼ਿਮਨੀ ਚੋਣ ਵਾਲੀ ਜੰਗ ਹੈ ਪੰਜਾਬ ਵਿੱਚ ਕਿਉਂ ਛੇੜੀ ਜਾ ਰਹੀ ਹੈ ਅਤੇ ਇਸ ਦਾ ਫਾਇਦਾ ਕੌਣ ਲੈਣਾ ਚਾਹੁੰਦਾ? ਐਕਚੁਲੀ KP ਜੀ, ਗੱਲ ਇਹ ਹੈ ਵੀ ਜਦੋਂ ਸਿਆਸੀ ਪਾਰਟੀਆਂ ਮੁੱਦਿਆਂ ਨੂੰ ਛੱਡ ਕੇ ਅਤੇ ਇੱਕੋ ਇੱਕ ਉਹਨਾਂ ਦਾ ਟਾਰਗੇਟ ਹੋਵੇ ਕਿਸੇ ਵੀ ਰੂਪ ਵਿੱਚ ਜਿੱਤ ਚਾਹੀਦੀ ਹੈ ਅਤੇ ਫਿਰ ਇਹ ਜਿਹੜੀ ਜ਼ਿਮਨੀ ਚੋਣਾਂ ਅਤੇ ਉਪ ਚੋਣਾਂ ਜਿਹੜੀਆਂ ਹੋਣਗੀਆਂ। ਨਹੀਂ ਇਹ ਧੋਖਾ ਨਹੀਂ ਤਲੋਸ਼ਨ ਜੀ, ਇਹ ਧੋਖਾ ਨਹੀਂ ਜਾਂ ਪਾਰਟੀਆਂ ਕੋਲ ਕੈਂਡੀਡੇਟ ਹੈ ਨਹੀਂ, ਮੈਂ ਕਹਿੰਦਾ ਉਹਨੇ ਮੋਸਟਲੀ ਜਿਹੜੇ MLA ਹੈ ਉਹਨਾਂ ਨੂੰ ਮੈਦਾਨ 'ਚ ਉਤਾਰਿਆ। ਮੈਂ ਕਹਿੰਦਾ ਬਹੁਤ ਵੱਡਾ ਧੋਖਾ ਹੈ ਪੰਜਾਬ ਵਿਧਾਨ ਸਭਾ ਦੇ ਜਿਹੜੇ ਹਲਕਿਆਂ ਨੇ ਖਹਿਰਾ ਸਾਹਿਬ ਨੂੰ ਚੁਣਿਆ, ਰਾਜਾ ਵੜਿੰਗ ਨੂੰ ਚੁਣਿਆ, ਸੁਖਬੀਰ ਬਾਦਲ ਨੂੰ ਚੁਣਿਆ, ਇਸੇ ਤਰ੍ਹਾਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਚੁਣਿਆ, ਮਾਸਟਰ ਬਲਦੇਵ ਨੂੰ ਚੁਣਿਆ, ਸੋਮਨਾਥ ਨੂੰ ਚੁਣਿਆ, ਇੱਦਾਂ ਇੱਕ ਤਾਂ ਹੋਰ ਸਿਮਰਜੀਤ ਬੈਂਸ ਨੂੰ ਚੁਣਿਆ ਹੈ। ਉਹਨਾਂ ਨੂੰ 5 ਸਾਲ ਲਈ ਆਪਣਾ ਚੌਂਕੀਦਾਰ ਬਣਾਇਆ ਸੀ, ਆਪਣਾ ਆਪਣੀ ਕਮਾਂਡ ਉਹਨਾਂ ਦੇ ਹੱਥ ਦਿੱਤੀ ਸੀ। ਮੈਂ ਮੰਨ ਲੈਂਦਾ ਵੀ ਚਲੋ ਕੋਈ ਬਹੁਤ ਵੱਡਾ ਚਿਹਰਾ ਆ ਜਿਹਦਾ ਲੱਗਦਾ ਵੀ ਪੰਜਾਬ ਦੀ ਗੱਲ ਜਿਹੜੀ ਹੈ ਫਲਾਣਾ ਲੀਡਰ ਜਾ ਕੇ ਹੀ ਪਾਰਲੀਮੈਂਟ 'ਚ ਉਠਾ ਸਕਦਾ, ਰੇਅਰ ਕੋਈ ਹੋ ਸਕਦਾ, ਪਰ ਤੁਸੀਂ ਸਿਰਫ ਤੁਸੀਂ ਆਪਣੀ ਪਾਰਟੀ ਦਾ ਖੱਪਾ ਭਰਨ ਲਈ, ਆਪਣੀ ਪਾਰਟੀ ਦੀਆਂ ਕਮਜ਼ੋਰੀਆਂ ਭਰਨ ਲਈ ਤੁਸੀਂ MLA ਜਿਹੜੇ ਉੱਥੇ ਲਾ ਦਿਓ, ਅਤੇ ਮੈਂ ਕਹਿੰਦਾ ਇਸ ਤੋਂ ਵੱਡਾ ਬਹੁਤ ਮਾੜੀ ਗੱਲ। ਇਹਦੇ ਨਾਲ ਦੀ ਨਾਲ KP ਜੀ, ਫਿਲਮੀ ਕਲਾਕਾਰ ਗੁਰਦਾਸਪੁਰ 'ਚ ਸੰਨੀ ਦਿਓਲ, ਕੀ ਉੱਥੇ ਫਿਲਮ ਸਿਟੀ ਹੈ? ਕੀ ਗੁਰਦਾਸਪੁਰ 'ਚ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਵਰਕਰ ਜਾਂ ਲੀਡਰ ਜਿਹੜਾ ਸਮਰੱਥ ਨਹੀਂ ਗਾ ਜਿਹੜਾ ਪਾਰਲੀਮੈਂਟ 'ਚ ਜਾ ਕੇ ਬੋਲੇ? ਮੈਂ ਕਹਿੰਦਾ ਸਾਰੇ ਗੁਰਦਾਸਪੁਰ ਦੇ ਭਾਜਪਾਈਆਂ 'ਤੇ ਥੱਪੜ ਮਾਰਤਾ ਸੰਨੀ ਦਿਓਲ ਨੇ ਉੱਥੇ ਲਿਆ ਕੇ। ਕਿਉਂ ਲਿਆਂਦਾ? ਸਿਰਫ ਇਸੇ ਕਰਕੇ ਲਿਆਂਦਾ ਉਹਨਾਂ ਨੂੰ ਵਰਕਰ ਦੀ ਇੱਜ਼ਤ ਮਾਨ ਦਾ ਨਹੀਂ ਪਤਾ, ਭਾਵਨਾ ਦਾ ਨਹੀਂ ਪਤਾ ਉਹਨਾਂ ਨੂੰ। ਇਹ ਨਹੀਂ ਸੰਨੀ ਦਿਓਲ ਦੱਸੋ ਪੰਜਾਬ ਦੀ ਗੱਲ ਕਿਹੜੀ ਜਾ ਕੇ ਦੱਸੂਗਾ? ਉਹਨੂੰ ਪਤਾ ਸਤਲੁਜ ਕਿੱਥੇ ਵਗਦਾ, ਬਿਆਸ ਕਿੱਥੇ ਵਗਦਾ? ਉਹਨੂੰ ਪਤਾ ਪਾਣੀ ਦੀ ਕੀ ਪ੍ਰੋਬਲਮ ਹੈ ਇੱਥੇ? ਉਹਨੂੰ ਪਤਾ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਕੀ ਪ੍ਰੋਬਲਮ ਹੈ? ਉਹਨੂੰ ਪਤਾ ਪੰਜਾਬ 'ਚ ਕਿੰਨੇ ਬੇਰੁਜ਼ਗਾਰ ਨੇ, ਕਿੱਥੇ ਖੁਦਕੁਸ਼ੀਆਂ ਹੋ ਰਹੀਆਂ? ਸਿਰਫ ਇਸੇ ਕਰਕੇ ਵੀ ਪਾਰਲੀਮੈਂਟ 'ਚ ਆਪਣੀਆਂ ਸੀਟਾਂ ਪੂਰੀਆਂ ਕਰਕੇ ਅਤੇ ਆਪਾਂ ਉੱਥੇ ਆਪਣਾ ਕੰਮ ਸਾਰਨਾ। ਆਨੰਦਪੁਰ ਸਾਹਿਬ ਦੀ ਗੱਲ ਲੈ ਲਓ, ਮਨੀਸ਼ ਤਿਵਾੜੀ ਜੀ ਕਾਂਗਰਸ ਨੇ ਉੱਥੇ ਉਤਾਰਤਾ। ਮਨੀਸ਼ ਤਿਵਾੜੀ ਦਾ ਉਹਦੇ ਨਾਲ ਕੀ ਸੰਬੰਧ ਹੈ ਜੀ ਆਨੰਦਪੁਰ ਸਾਹਿਬ ਨਾਲ? ਕੀ ਆਨੰਦਪੁਰ ਸਾਹਿਬ 'ਚ ਜਿਹੜੇ ਇਹ ਤਾਂ ਕਹਿੰਦੇ ਵੀ ਸਾਰਾ ਪੰਜਾਬ ਹੀ ਸਾਡਾ ਕਾਂਗਰਸ ਕਹਿੰਦੀ ਹੈ, ਅਤੇ ਜਿਹੜੇ ਉੱਥੇ ਲੱਖਾਂ ਵਰਕਰ ਲੀਡਰ ਨੇ, ਮੈਂ ਕੀ ਕਹਿੰਦਾ ਉਹਨਾਂ ਨੇ ਭਾਵਨਾਵਾਂ ਦਾ ਮਰਡਰ ਨਹੀਂ ਕੀਤਾ? ਗੁਲਜਾਰ ਸਿੰਘ ਰਣੀਕੇ ਦਾ ਕੀ ਸੰਬੰਧ ਹੈ ਫਰੀਦਕੋਟ? ਗੁਲਜਾਰ ਸਿੰਘ ਰਣੀਕੇ ਉਹ ਅਟਾਰੀ ਤੋਂ ਲੈ ਕੇ ਬੀਬੀ ਜਗੀਰ ਕੌਰ, ਇਹ ਸਾਰੇ ਜਿਹੜੇ ਨੇ ਆਪਣਾ ਸੁਖਬੀਰ ਬਾਦਲ ਜੀ ਆਪ ਜਿਹੜੇ ਖੁਦ ਨੇ ਜਾ ਕੇ ਲੜਨ ਆਪੇ ਨੇ। ਸੋ KP ਜੀ, ਗੱਲ ਤਾਂ ਇਹ ਹੈ ਵੀ ਸਧਾਰਨ ਗੱਲ ਹੈ ਵੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ, ਪਾਰਟੀ ਦਾ ਕੋਈ ਸਿਧਾਂਤ ਨਹੀਂ ਗਾ, ਲੋਕਾਂ ਦੀ ਕੋਈ ਚਿੰਤਾ ਨਹੀਂ ਗਾ। ਇੱਕੋ ਮੁੱਦਾ ਇਹ ਹੈ ਵੀ ਫਿਰੋਜ਼ਪੁਰ ਕਿਵੇਂ ਜਿੱਤਣਾ, ਬਠਿੰਡਾ ਕਿਵੇਂ ਜਿੱਤਣਾ, ਗੁਰਦਾਸਪੁਰ ਕਿਵੇਂ ਜਿੱਤਣਾ। ਸੋ ਜਦੋਂ ਸਿਰਫ ਇੱਕ ਨਿਕਾਤੀ ਪ੍ਰੋਗਰਾਮ ਆ ਜਾਵੇ, ਲੋਕਾਂ ਦੀਆਂ ਗੱਲਾਂ ਹੀ ਏਜੰਡੇ ਖਤਮ ਹੋ ਜਾਣ, ਤਾਂ ਫਿਰ MLA ਵੀ ਇੱਧਰ ਉੱਧਰ ਕਰ ਦੇਣਗੇ ਅਤੇ ਫਿਲਮੀ ਕਲਾਕਾਰ ਵੀ ਆਉਣਗੇ। ਸੰਗੇੜਾ ਸਾਹਿਬ, ਬਹੁਤ ਅਹਿਮ ਸਵਾਲ ਹੈਗਾ, ਲੋਕਾਂ ਨਾਲ ਤਾਂ ਸਾਰੇ ਧੋਖਾ ਕਰੀ ਜਾਂਦੇ ਤੁਸੀਂ? ਨਹੀਂ ਦੇਖੋ, ਅਸੀਂ ਤਾਂ ਪੂਰਾ ਕੋਸ਼ਿਸ਼ ਕੀਤੀ ਹੈ ਔਰ ਕਰਦੇ ਰਹਾਂਗੇ, ਅਸੀਂ ਇਹੋ ਜਿਹੀਆਂ ਗੱਲਾਂ ਤੋਂ ਡਿਸਕਰੇਜ ਹੋਣ ਵਾਲੇ ਨਹੀਂ ਹੈਗੇ। ਜਦੋਂ ਸਹੀ ਰਸਤੇ 'ਤੇ ਚੱਲਣਾ ਹੋਵੇ, ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਆ, ਜੇ ਇੱਦਾਂ ਹੀ ਸ਼ੁਰੂਆਤ ਕੀਤੀ ਆ ਤੇ ਸਫਲਤਾ ਹੀ ਸਫਲਤਾ ਮਿਲਦੀ ਜਾਣੀ ਆ। ਮੇਰਾ ਸਵਾਲ ਉਹ ਸੀਗਾ ਜਿਹੜਾ ਮੈਂ ਤਰਲੋਚਨ ਸਿੰਘ ਹੋਰਾਂ ਨੂੰ ਪੁੱਛਿਆ ਹੈਗਾ, MLA ਕਿਉਂ ਉਤਾਰੇ ਜਾ ਰਹੇ ਆ, MLA ਕਿਉਂ ਉਤਾਰੇ ਜਾ ਰਹੇ ਆ? ਤੁਸੀਂ 13 ਗਿਣੋ, 13 ਦੇ ਵਿੱਚੋਂ ਜੇ ਚੰਡੀਗੜ੍ਹ ਦੀ ਵੀ ਨਾਲ ਪਾਉਣੀ ਹੈ 14 ਗਿਣ ਲਓ, ਹਾਂਜੀ, ਤੇ ਪੰਜਾਬ ਦੇ 13 ਵਿੱਚੋਂ ਅਸੀਂ 1 MLA ਨੂੰ ਖੜਾ ਕੀਤਾ ਆ। ਉੱਥੇ ਲੋੜ ਬਣ ਗਈ ਸੀ ਕਿਉਂਕਿ ਬੀਬੀ ਹਰਸਿਮਰਤ ਕੌਰ ਦੇ ਮੁਕਾਬਲੇ ਦੇ ਵਿੱਚ
ਅਸੀਂ ਉੱਥੇ ਲੋਕਲ ਮਹਿਲਾ ਕੈਂਡੀਡੇਟ ਦੇਣਾ ਸੀ, ਸਾਡੀ ਤਾਂ ਨੀਡ ਬੇਸਡ ਹੈ ਨਾ, ਅਸੀਂ ਮਤਲਬ ਨਹੀਂ ਨਹੀਂ ਬਲਜਿੰਦਰ ਨੂੰ ਨਹੀਂ ਸੀ ਖੜੇ ਕਰਨਾ ਸੀ, ਉਹਦਾ ਇੱਕੋ ਹੀ ਰੀਜ਼ਨ ਹੈ। ਬਾਕੀ ਅਸੀਂ ਸਥਾਨਕ ਲੀਡਰ ਖੜੇ ਕੀਤੇ ਆ, ਆਪਣਾ ਵਲੰਟੀਅਰ ਖੜੇ ਕੀਤੇ ਆ, ਜਾਂ ਲੀਡਰ ਆ ਜੋ ਜਿੰਨਾ ਵੀ ਉਹਨਾਂ ਦਾ ਕੱਦ ਹੈਗਾ, ਮਤਲਬ ਸਭ ਤੋਂ ਸਾਫ ਸੁਥਰੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ, ਤੁਸੀਂ ਕੰਪੇਅਰ ਕਰ ਲਓ। ਚਲੋ ਠੀਕ ਹੈ, ਮੈਂ ਹੁਣ ਡਿਬੇਟ ਦੇ ਆਪਦੇ ਪੁਆਇੰਟ 'ਤੇ ਆਉਣਾ। ਨੰਦ ਸਿੰਘ ਮਾਨਸ਼ਾਹੀਆ, ਸੁਖਪਾਲ ਸਿੰਘ ਖਹਿਰਾ, ਐਚ ਐਸ ਫੁਲਕਾ, ਮਾਸਟਰ ਬਲਦੇਵ ਸਿੰਘ, ਹੁਣ ਤੁਹਾਡੇ ਪਾਰਟੀ ਕੋਲ ਵਿਧਾਇਕ ਕਿੰਨੇ ਹੈਗੇ? ਨਹੀਂ, ਵਿਧਾਇਕ ਤਾਂ ਅਜੇ ਸਾਰੇ ਹੀ ਹੈਗੇ ਆ, ਪਾਰਟੀ ਦੇ ਖਾਤੇ 'ਚ ਤਾਂ ਸਾਰੇ ਹੀ ਹੈਗੇ ਆ, ਤੇ ਕਦੋਂ ਤੱਕ ਨਾ ਰਹਿਣਗੇ? ਹਾਂਜੀ, ਇਹ ਦੇਖੋ ਟਾਈਮ ਦੱਸੂਗਾ। ਇਹ ਜਿਹੜੀ ਭ੍ਰਿਸ਼ਟ ਪ੍ਰਣਾਲੀ ਹੈ ਨਾ, ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਜਦੋਂ ਦਾ ਵਿਰੋਧ ਕਰਦੇ ਆ ਰਹੇ ਆ, ਉਹਨਾਂ ਨੂੰ 2 ਮਹੀਨੇ ਇਸੇ ਗੱਲ 'ਚ ਮਤਲਬ, ਉਹਨਾਂ ਨੂੰ ਨੋਟਿਸ ਨਹੀਂ ਸਰਵ ਹੋਇਆ ਜੀ, ਉਹ ਨੋਟਿਸ ਦੀ ਲੈਂਗੁਏਜ ਅਖਬਾਰਾਂ 'ਚ ਛਪ ਚੁੱਕੀ ਆ, ਨੋਟਿਸ ਦੇ ਬਾਰੇ ਅਖਬਾਰਾਂ 'ਚ ਚਰਚਾ ਹੋ ਚੁੱਕੀ ਹੈ। ਜੇ ਨੋਟਿਸ ਕੋਈ ਲੈਣ ਤੋਂ ਇਨਕਾਰੀ ਆ, ਜਾਂ ਉਹਨੂੰ ਮਿਲਦਾ ਨਹੀਂ, ਅਖਬਾਰ 'ਚ ਇਸ਼ਤਿਹਾਰ ਦੇਈਦਾ ਆ ਪਿਆ ਫਲਾਣਾ ਨੋਟਿਸ ਹੈ, ਅਖਬਾਰਾਂ 'ਚ ਇਸ਼ਤਿਹਾਰ ਤਾਂ ਪਹਿਲਾਂ ਹੀ ਆ ਗਿਆ ਇਹਨਾਂ ਨੂੰ। ਬਾਕੀ ਆ ਇੰਨਾ ਮਤਲਬ ਮਾਡਰਨਾਈਜੇਸ਼ਨ ਦੀ ਗੱਲ ਹੁੰਦੀ ਹੈ ਸਾਰੇ ਇੰਡੀਆ ਦੇ ਵਿੱਚ, ਇਹਨਾਂ ਨੂੰ ਨੋਟਿਸ ਵੀ ਕਰ ਦੇਣਾ ਚਾਹੀਦਾ ਆ ਕਿ ਇੱਕ ਸਪੈਸੀਫਾਈਡ ਸੈੱਲ ਫੋਨ ਨੰਬਰ ਹੋਵੇ ਹਰ ਇੱਕ MLA ਦਾ, MP ਦਾ, ਇੱਕ ਈਮੇਲ ਹੋਵੇ ਉਹਦੇ ਤੇ ਵੀ ਨੋਟਿਸ ਭੇਜਿਆ ਡਿਲੀਵਰ ਸਮਝਿਆ ਜਾਵੇ। ਬੂਟਾ ਸਿੰਘ ਬਰਾਗੀ, ਇਹ ਸੰਘੇੜਾ ਸਾਹਿਬ ਇਲਜ਼ਾਮ ਲਾ ਰਹੇ ਆ, ਪੂਰੇ ਪੰਜਾਬ ਨੂੰ ਪਤਾ ਹੈਗਾ, ਤੁਸੀਂ ਅੱਜ ਨੈਤਿਕਤਾ ਦਾ ਪਾਠ ਪੜਾ ਰਹੇ ਹੋ ਅਸਤੀਫਾ ਦੇ ਕੇ, ਇਹ ਧੋਖਾ ਨਹੀਂ? ਸਾਫ ਸੁਥਰੇ ਕੈਂਡੀਡੇਟਾਂ ਦੀ ਗੱਲ ਕਰਦੇ ਅੱਜ ਬਠਿੰਡਾ ਬਦਲਦਾ KP ਸਿੰਘ ਜੀ, ਆਮ ਆਦਮੀ ਪਾਰਟੀ ਨੇ 117 ਕੈਂਡੀਡੇਟ ਖੜੇ ਕੀਤੇ ਸੀਗੇ, ਤੇ 117 ਵਿੱਚੋਂ 20 ਜਿੱਤੇ ਸਾਰੇ, 115 12 ਦਿੱਤੇ ਸੀਗੇ। ਸਾਡਾ ਮੰਨਣਾ ਇਹ ਸੀਗਾ ਵੀ ਸਾਨੂੰ ਭਲੱਥ ਦੇ ਲੋਕਾਂ ਨੇ ਜਿਤਾਇਆ, ਜਦੋਂ ਟਾਈਮ ਐਪਰੋਪ੍ਰੀਏਟ ਆ ਗਿਆ ਅਸੀਂ ਅਸਤੀਫਾ ਦੇਣੋਂ ਵੀ ਪਿੱਛੇ ਹਟਾਂਗੇ ਨਹੀਂ, ਨੋਟਿਸ ਲੈਣਾ ਨਹੀਂ ਦੇਣਾ। ਤੁਹਾਨੂੰ ਪਤਾ, ਤੁਸੀਂ ਬੜੇ ਸੀਨੀਅਰ ਜਰਨਲਿਸਟ ਹੈ, ਜਦੋਂ ਪਾਰਟੀ ਰਜਿਸਟਰਡ ਕਰਾਉਣੀ ਪੈਂਦੀ ਹੈ ਨਾ, ਉੱਥੇ ਬੜੀਆਂ ਵਿਜ਼ਿਟਸ ਹੁੰਦੀਆਂ ਵਾ, ਬੜੇ ਤਰ੍ਹਾਂ ਦੀਆਂ ਫਾਰਮੈਲਿਟੀਜ਼ ਹੁੰਦੀਆਂ, ਉਹਦੇ ਵਿੱਚ ਟਾਈਮ ਬੜਾ ਜਾਇਆ ਜਾਂਦਾ। ਸੁਖਪਾਲ ਸਿੰਘ ਖਹਿਰਾ ਇੱਕ ਬੜੇ ਮਿਹਨਤੀ ਲੀਡਰ ਨੇ, ਉਹ ਜਦੋਂ ਤੋਂ ਹੈ ਉਹਨਾਂ ਨੇ ਇਹ ਹੋਇਆ ਪੰਜਾਬ ਦੇ ਹਿੱਤ ਵਿੱਚ ਖੜੇ ਨੇ ਉਹ, ਤੇ ਉਦੋਂ ਤੱਕ ਕੰਟੀਨਿਊ ਚੱਲ ਰਹੇ ਨੇ, ਜਿੱਥੋਂ ਤੱਕ ਰਣਨੀਤੀ ਬਣਾਈ ਸੀ ਵੀ ਇਦਾਂ ਹੀ ਕਰਨਾ। ਰਣਨੀਤੀ ਨਹੀਂ ਜੀ, ਇਹ ਤਾਂ ਤੁਸੀਂ ਹੁਣ ਅਕਾਲੀ ਦਲ ਆ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਨਹੀਂ ਰਜਿਸਟਰਡ ਹੈਗਾ, ਉਹ ਜਥੇਦਾਰ ਤੋਤਾ ਸਿੰਘ ਦੇ ਨਾਂ ਤੇ ਰਜਿਸਟਰਡ ਆ, ਕਾਂਗਰਸ ਪਾਰਟੀ ਆ, ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਨਾਂ ਤੇ ਰਜਿਸਟਰਡ ਨਹੀਂ। ਅਡਹੋਕ ਤਾਂ ਨਹੀਂ ਹੈਗਾ ਅਕਾਲੀ ਦਲ ਨਾ, ਅਡਹੋਕ ਤਾਂ ਨਹੀਂ ਹੈਗਾ ਨਾ, ਮੈਂ ਤਾਂ ਅਡਹੋਕ ਵਾਲਾ ਸਵਾਲ ਕੀਤਾ। ਕੇਪੀ ਸਿੰਘ ਜੀ, ਹੁਣ ਸਾਡਾ ਵੀ ਅਡਹੋਕ ਨਹੀਂ ਰਿਹਾ, ਜਦੋਂ ਤੱਕ ਪਾਰਟੀ ਰਜਿਸਟਰਡ ਨਹੀਂ ਸੀ ਹੋਈ ਉਦੋਂ ਅਡਹੋਕ ਸੀ ਅਸੀਂ, ਹੁਣ ਰਜਿਸਟਰਡ ਹੋ ਗਈ ਆ, ਹੁਣ ਅਸੀਂ ਅਡਹੋਕ ਵਾਲਾ ਸ਼ਬਦ ਚੱਕਿਆ ਗਿਆ ਵਾ, ਇਹ ਟੈਕਨੀਕਲਟੀਆਂ ਜਾਂ ਅਸਤੀਫਾ ਦਿੱਤਾ, ਟੈਕਨੀਕਲ ਤਾਂ ਹੀ ਅਸਤੀਫਾ ਦਿੱਤਾ। ਅਸਤੀਫਾ ਜਿਹੜਾ ਦੇਣਾ ਤਾਂ ਬਿਲਕੁਲ, ਤੁਸੀਂ ਉਹ ਕਿਹਾ ਨਾ ਜਿਹੜਾ ਹੁਣ ਬਈ ਨੈਤਿਕਤਾ ਦੇ ਅਧਿਕਾਰ ਤੇ, ਬਿਲਕੁਲ ਐਪਰੋਪ੍ਰੀਏਟ ਟਾਈਮ ਸੀ, ਅਸੀਂ ਨਹੀਂ ਚਾਹੁੰਦੇ ਨੈਤਿਕਤਾ ਤਾਂ ਨਹੀਂ ਸੀ ਨਾ ਫਿਰ, ਜਾਂਦਾ ਮੈਨੂੰ ਐਪਰੋਪ੍ਰੀਏਟ ਟਾਈਮ ਸੀ, ਨਹੀਂ ਨਹੀਂ ਮੈਂ ਸਵਾਲ ਕਰ ਰਿਹਾ, ਨੈਤਿਕਤਾ ਸੀ ਜਾਂ ਐਪਰੋਪ੍ਰੀਏਟ ਟਾਈਮ ਸੀ? ਦੋਨੇ ਚੀਜ਼ਾਂ ਸੀ, ਐਪਰੋਪ੍ਰੀਏਟ ਟਾਈਮ ਆਇਆ ਕਿਉਂਕਿ ਕੱਲ ਨੂੰ ਅਸੀਂ ਨੋਮੀਨੇਸ਼ਨ ਕਰਨੀ ਆ, ਤੇ ਐਮ ਨਾ ਲੱਗੇ ਵੀ ਭੁਲੱਥ ਦੇ ਲੋਕੀ ਚੀਟ ਹੋ ਰਹੇ, ਸਾਰਿਆਂ ਨਾਲ ਸਲਾਹ ਕਰਕੇ ਇਹ ਜਿਹੜਾ, ਥੋੜਾ ਪੁਆਇੰਟ ਕਲੀਅਰ ਕਰ ਦੋ, ਮੈਂ ਥੋੜਾ ਜਿਹਾ ਕਲੀਅਰ ਕਰਨਾ। ਰਖਲ ਸ਼ਹਿਰ ਬਰਾਗੀ ਸਾਹਿਬ ਨੇ ਵੀ ਸਲਾਹ ਦਿੱਤੀ ਹੋਵੇ ਖਹਿਰਾ ਸਾਹਿਬ ਨੂੰ, ਕਿਉਂਕਿ 3-4 ਮਹੀਨੇ ਪਹਿਲਾਂ ਹੀ ਗੱਲ ਕਲੀਅਰ ਹੋ ਗਈ ਜਦੋਂ ਪਾਰਟੀ ਬਣਾਈ। ਵਕੀਲ ਬਹੁਤ ਆ ਖਹਿਰਾ ਸਾਹਿਬ ਕੋਲ, ਖਹਿਰਾ ਸਾਹਿਬ ਇਸ ਢੰਗ ਨਾਲ ਐਕਟ ਕਰ ਰਹੇ ਸੀ, ਉਹਨਾਂ ਦਾ ਇੰਨਾ ਕੁ ਮਕਸਦ ਸੀ ਵੀ ਜਿਹੜੀ, ਚਲੋ ਹੁਣ ਤਾਂ ਵੈਸੇ ਲੇਟ ਹੋ ਗਏ ਇਸ ਅੱਜ ਦੇ ਅਸਤੀਫੇ ਦਾ ਉਹਨਾਂ ਸੰਬੰਧ ਨਹੀਂ ਗਾ, ਇਹਨਾਂ ਦਾ ਇੱਕੋ ਅਰਥ ਸੀ ਵੀ ਭਲੱਥ ਵਿਧਾਨ ਸਭਾ ਹਲਕੇ ਦੀ ਜਿਹੜੀ ਉਪ ਚੋਣ ਵੀ ਮੇਰਾ ਅਸਤੀਫਾ ਪ੍ਰਵਾਨ ਹੋਣ ਨਾਲ ਲੋਕ ਸਭਾ ਦੀ ਇਲੈਕਸ਼ਨ ਨਾਲ ਨਾ ਕਿਤੇ ਹੋ ਜਾਵੇ, ਵੀ ਜੇ ਲੋਕ ਸਭਾ ਦੀ ਇਲੈਕਸ਼ਨ ਨਾਲ ਹੋ ਗਈ ਤਾਂ ਮੈਂ ਭਲੱਥ ਨੂੰ ਪਿੱਠ ਕਰਕੇ ਬਠਿੰਡੇ ਆ ਗਿਆ, ਤੇ ਮੈਨੂੰ ਭਲੱਥ ਵਾਲਿਆਂ ਨੇ ਕਹਿਣਾ ਵੀ ਇਹ ਭਗਾਉਣਾ ਹੋ ਗਿਆ। ਸੋ ਮੇਨ ਰਣਨੀਤੀ ਇਹ ਸੀ ਵੀ ਪਾਰਲੀਮੈਂਟ ਨਾਲ ਇਲੈਕਸ਼ਨ ਨਾ ਹੋ ਸਕੇ। ਮੈਂ ਤਰਲੋਚਨ ਸਿੰਘ ਜੀ ਦੀ ਇਸ ਗੱਲ ਨਾਲ ਸਹਿਮਤ ਨਹੀਂ ਗਾ, ਕਿਉਂਕਿ ਜਦੋਂ ਦਾਖੇ ਦਾ ਵੀ ਹੋਇਆ ਵਾ, ਕਈਆਂ ਇਲੈਕਸ਼ਨਾਂ ਦਾ ਹੋਇਆ ਵਾ, ਆਪਾਂ ਸਾਰੇ ਹੀ ਸੋਚਦੇ ਹਾਂ, ਸਾਰੇ ਡਿਸਕਸ਼ਨ ਕਰਦੇ ਹਾਂ, ਆਪਾਂ ਇਹ ਸਾਰੇ ਹੀ ਜਾਣਦੇ ਹਾਂ, ਜੇ ਕੋਈ ਵੀ ਜ਼ਿਮਨੀ ਚੋਣ ਆ ਪੰਜਾਬ ਦੀ, ਜੇ ਉਹ ਲੋਕ ਸਭਾ ਦੀ ਇਲੈਕਸ਼ਨ ਦੇ ਨਾਲ ਹੁੰਦੀ
ਤਾਂ ਉਹ 'ਚ ਟਰਾਂਸਪੇਰੈਂਸੀ, ਉਹਦੇ 'ਚ ਜਿਹੜੀ ਬੂਥ ਕੈਪਚਰਿੰਗ, ਉਹਦੇ 'ਚ ਮੈਲ ਪ੍ਰੈਕਟਿਸਿਸ ਦੇ ਚਾਂਸਿਸ 0% ਰਹਿ ਜਾਂਦੇ ਆ, ਕਿਉਂਕਿ ਉਹ ਜਿਹੜੀ ਹੈਗੀ ਆ ਉੱਪਰਲੀ ਫੋਰਸਿਸ ਦੇ ਨਿਗਰਾਨੀ ਥੱਲੇ ਹੁੰਦੀ ਆ। ਤੇ ਹੁਣ ਜੇ ਬਾਈ ਇਲੈਕਸ਼ਨ ਹੁੰਦੀ ਆ ਤੇ ਆਪਾਂ ਸਮਝਦੇ ਹਾਂ ਉਹਦੇ 'ਚ ਕਿੰਨੀ ਮੈਲ ਪ੍ਰੈਕਟਿਸਿਸ ਹੁੰਦੀਆਂ। ਉਹੋ ਜਿਹੀ ਜਾਇ ਜਾਇ ਤਰਕ ਦੇ ਰਹੇ ਆ, ਉਹ ਕੋਈ ਗੱਲ ਨਹੀਂ ਸੀਗੀ ਬਈ ਉੱਧਰ ਨਾ ਹੋਵੇ ਉੱਧਰ ਨਾ ਹੋਵੇ। ਚਲੋ ਠੀਕ ਹੈ ਨਾ, ਤਰਕ ਨਾਲ ਤੁਸੀਂ ਨਾ ਫਾਕਰ। ਹਾਂ ਬਿਲਕੁਲ ਬਿਲਕੁਲ। ਜੇ ਲੋਕ ਸਭਾ ਚੋਣਾਂ ਸੁਖਪਾਲ ਸਿੰਘ ਖਹਿਰਾ ਬਾਈ ਚਾਂਸ ਨਹੀਂ ਜਿੱਤਦੇ, ਪਲਾਥ ਜਿਮੀ ਚੋਣ 'ਚ ਖੜੇ ਹੋਣਗੇ? ਬਿਲਕੁਲ ਖੜੇ ਹੋਣਗੇ। ਚਲੋ ਇੱਕ ਥੋੜ੍ਹਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਖਰਚਾ ਤੁਹਾਡਾ ਹੀ ਕਰਾਉਣਾ, ਟੈਕਸਪੇਅਰ ਦਾ ਖਰਚਾ ਹੋਵੇਗਾ। ਹੋਰ ਜਿਹੜੇ, ਮੈਂ ਇਕੱਲੇ ਉਹਨਾਂ ਟੈਕਸਪੇਅਰ ਦੀ ਗੱਲ ਨਹੀਂ ਕਰਦਾ ਜਿਹਨਾਂ ਦਾ ਇਨਕਮ ਟੈਕਸ ਵਿੱਚ ਨਾਮ ਆਉਂਦਾ ਕਿ ਆਈਟੀ ਵਿਭਾਗ ਦੇ ਵਿੱਚ ਇਹਨਾਂ ਟੈਕਸ ਅਦਾ ਕੀਤਾ। ਟੈਕਸ ਅਸੀਂ ਤੁਸੀਂ ਸਾਰੇ ਪੇ ਕਰਦੇ ਹਾਂ। ਤੁਸੀਂ ਕੁਛ ਵੀ ਖਰੀਦਦੇ ਹੋ, ਅਸੀਂ ਕੁਛ ਵੀ ਖਰੀਦਦੇ ਹੋ, ਉਹਦਾ ਹਰ ਇੱਕ ਦਾ ਟੈਕਸ ਜਾਂਦਾ, ਉਸੇ ਪੈਸੇ 'ਤੇ ਹੀ ਚੋਣਾਂ ਹੁੰਦੀਆਂ। ਅਤੇ ਚੋਣਾਂ ਦਾ ਖਰਚਾ ਪੰਜਾਬ ਦੇ ਸਿਰ 'ਤੇ ਜੇ ਮੜਿਆ ਜਾ ਰਿਹਾ ਹੈਗਾ ਤਾਂ ਇਸ ਦੇ ਲਈ ਉਹੀ ਲੋਕ ਜ਼ਿੰਮੇਵਾਰ ਆ ਜਿਹਨਾਂ ਨੂੰ ਤੁਸੀਂ ਜਿਤਾਇਆ ਸੀਗਾ। ਉਹਦੇ ਵਿੱਚ ਇੱਕ ਨਾਮ ਨਹੀਂ, ਕਈ ਨਾਮ ਹੈਗੇ ਆ। ਇਹ ਲੋਕ ਸਭਾ ਚੋਣਾਂ ਨਤੀਜੇ ਆਉਣਗੇ, ਉਸ ਤੋਂ ਬਾਅਦ ਹੋਰ ਭਾਰ ਪਵੇਗਾ, ਫਿਰ ਕਹਿਣਗੇ ਪੰਜਾਬ ਦਾ ਖਜ਼ਾਨਾ ਖਾਲੀ। ਅਸੀਂ ਕਰੀਏ ਕਿ ਬ੍ਰੇਕ ਤੋਂ ਵਾਪਸ ਆਵਾਂਗੇ। ਮੈਂ ਵੀ ਕੁਛ ਨਹੀਂ ਕਰ ਸਕਦਾ, ਬ੍ਰੇਕ ਤਾਂ ਲੈਣੀ ਪੈਣੀ ਹੈ। ਅਸੀਂ ਸਵਾਲ ਇੱਕੋ ਪੁੱਛ ਰਹੇ ਹਾਂ, ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਆਪ ਦਾ ਐਕਸਿਟ ਪੋਲ ਕੀ ਕਹਿੰਦਾ? ਸੁਰਜੀਤ ਸਿੰਘ ਸਵੈਚ। ਹੁਣ ਪਹਿਲਾਂ ਤਾਂ ਇਲਜ਼ਾਮ ਇਹ ਲੱਗਦੇ ਸੀਗੇ ਵੀ ਅਕਾਲੀ ਦਲ ਆ ਜਿਹੜਾ ਤੁਹਾਡੇ ਨਾਲ ਰਲ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦਾ। ਹੁਣ ਇਲਜ਼ਾਮ ਥੋੜ੍ਹੇ ਸਿੱਧੇ ਹੋ ਗਿਆ ਕਿ ਕਾਂਗਰਸ ਦਾ ਪੰਜਾ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦਾ ਹੈ। ਆਮ ਆਦਮੀ ਪਾਰਟੀ ਨੇ ਜੀ ਆਪਣੇ ਆਪ ਖਤਮ ਹੋਈ ਹੈ ਜੀ, ਜੋ ਇਹਨਾਂ ਨੇ ਬਲੰਡਰ ਕੀਤੇ ਨੇ, ਜੋ ਇਹਨਾਂ ਨੇ ਫੈਸਲੇ ਲਏ ਨੇ ਟਾਈਮ ਟੂ ਟਾਈਮ ਟਾਈਮ ਟੂ ਟਾਈਮ, ਜਿਹੜਾ ਖੋਰਾ ਲੱਗਦਾ ਆਇਆ ਹੈ ਉਹ ਸਾਰੀ ਹੈ, ਜੋ ਬਲੰਡਰ ਜੋ ਗਲਤੀਆਂ ਕੀਤੀਆਂ ਨੇ ਇਹਨਾਂ ਨੇ ਉਹ ਆਪਦੀ ਹੈਗੀ ਹੈ, ਆਪਦੇ ਪੈਰੀ ਆਪ ਹੀ ਕੁਹਾੜਾ ਮਾਰਿਆ ਇਹਨਾਂ ਨੇ। ਦੇਖੋ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਇੱਕ ਥਰਡ ਫਰੰਟ ਦੀ ਨਾ ਜੀ, ਜੇ ਮੈਂ ਓਨੈਸਟਲੀ ਗੱਲ ਕਰਾਂ ਤਾਂ ਇਹ ਚਾਹਨਾ ਸੀਗੀ ਕਿ ਇੱਕ ਤੀਜਾ ਬਦਲ ਹੋਵੇ। ਅਤੇ ਪੰਜਾਬ ਦੇ ਲੋਕ ਥੋੜ੍ਹੇ ਐਡਵੈਂਚਰਸ ਵੀ ਹੈਗੇ ਨੇ, ਇਹਨਾਂ ਨੇ ਟਰਾਈ ਵੀ ਕੀਤਾ, ਚਾਰ ਜਿਹੜੀਆਂ ਪਾਰਲੀਮੈਂਟ ਸੀਟਾਂ ਵੀ ਦਿੱਤੀਆਂ। ਉਸ ਤੋਂ ਬਾਅਦ ਫਿਰ ਜਦੋਂ ਅਸੈਂਬਲੀ ਚੋਣਾਂ ਹੋਈਆਂ, ਠੀਕ ਹੈ, ਇਹਨਾਂ ਦੀ ਸਰਕਾਰ ਨਹੀਂ ਬਣਾਈ ਉਹਨਾਂ ਨੇ, ਲੇਕਿਨ ਇਹਨਾਂ ਨੇ ਮੇਨ ਵਿਰੋਧੀ ਪਾਰਟੀ ਵੀ ਬਣਾਇਆ ਇਹਨਾਂ ਨੂੰ। ਲੇਕਿਨ ਹੌਲੀ 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 ਲੋਕਾਂ ਨੂੰ ਇਹ ਪਤਾ ਚੱਲ ਗਿਆ ਕਿ ਜਿਹੜੇ ਮਤਲਬ ਵੱਡੇ ਇਹ ਵਿਚਾਰ ਲੈ ਕੇ ਆਈ ਸੀ ਪਾਰਟੀ, ਇਹ ਉਹਨਾਂ ਵਿਚਾਰਾਂ ਤੋਂ ਕੂਹਾਂ ਦੂਰ ਹੈਗੀ ਹੈ ਪਾਰਟੀ ਇਹ। ਇਹਨਾਂ ਦੇ ਵਿੱਚ ਸਾਰੀਆਂ ਜੋ ਮਤਲਬ ਇੱਕ ਜਿਹੜੀਆਂ ਵਰਵਾਇਤੀ ਪਾਰਟੀਆਂ ਨੇ ਉਹਨਾਂ ਵਿੱਚ ਖਾਮੀਆਂ ਨੇ ਨਾ, ਉਹਨਾਂ ਤੋਂ ਕਿਤੇ ਜ਼ਿਆਦਾ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਹੈਗੀ ਆਪਾ ਧਾਪੀ, ਇੱਕ ਵਨ ਅਪਮੈਨਸ਼ਿਪ ਦੀ ਗੱਲ ਜਿਹੜੀ ਹੈਗੀ ਹੈ ਕਿ ਮੈਂ ਜੋ ਕਰ ਲਾਂ ਉਹ ਸਭ ਉਹੀ, ਲੋਕਾਂ ਦੇ ਭਲੇ ਵਾਸਤੇ ਕੋਈ ਕੰਮ ਨਹੀਂ ਕਰਨਾ ਹੈਗਾ, ਕੋਈ ਸਿਧਾਂਤ ਦੀ ਗੱਲ ਨਹੀਂ, ਕਿਸੇ ਦੀ ਕੋਈ ਗੱਲ ਨਹੀਂ ਹੈਗੀ ਸੀ ਇਹਨਾਂ ਦਾ। ਇਸ ਕਰਕੇ ਆਮ ਆਦਮੀ ਜਿਹੜੇ ਪਾਰਟੀ ਦੇ ਝਾੜੂ ਸੀਗਾ ਇਹ ਤਾਂ ਕਾਫੀ ਪਹਿਲਾਂ ਹੀ ਖਿਲਰ ਚੁੱਕਾ ਸੀ। ਤੁਸੀਂ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਤਾਂ ਨਹੀਂ ਤੋੜਨਾ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਤਰਕ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਉਹ ਤੁਹਾਨੂੰ ਸੂਟ ਨਹੀਂ ਕਰਦੇ, ਅਕਾਲੀ ਦਲ ਜ਼ਿਆਦਾ ਸੂਟ ਕਰਦਾ? ਨਹੀਂ, ਤਰਕ ਦਾ ਕਿਹੜਾ ਰਹਿ ਗਿਆ ਜੀ? ਆਮ ਆਦਮੀ ਪਾਰਟੀ ਤਰਕ ਕਿਹੜਾ ਰਹਿ ਗਿਆ ਜੀ? ਕੋਈ ਹੈ ਹੀ ਨਹੀਂ ਤਰਕ ਇੱਥੇ, ਕੋਈ ਤਰਕ ਨਹੀਂ ਗਾ। ਬਿਜਲੀ ਦਾ ਸਵਾਲ, ਬਿਜਲੀ ਦਾ ਸਵਾਲ ਉਹਨਾਂ ਨੇ ਕਰ ਲਿਆ ਸੀ, ਕਰੰਟ ਵਜਿਆ। ਉਹ ਦੇਖੋ ਜੀ, ਗੱਲਾਂ ਬਾਤਾਂ ਐਵੇਂ ਕਰਦੇ ਰਹੇ ਨੇ, ਬਦਲ ਗੱਲ ਕੋਈ ਨਹੀਂ ਹੈ, ਕੋਈ ਗੱਲ ਨਹੀਂ ਹੈ ਜੀ ਨਾ। ਲੋਕ ਭਲਾਈ ਦਾ ਕੰਮ ਜਿਤਾ ਸਿੰਘੜਾ, ਜਿਤਾ ਸਿੰਘੜਾ, ਮੈਂ ਜਿਹੜਾ ਸਵਾਲ ਸਵੈ ਸਾਹਿਬ ਨੂੰ ਕੀਤਾ ਸੀਗਾ, ਇਮਾਨਦਾਰ ਨਾਲ ਜਵਾਬ ਤੁਹਾਡਾ ਚਾਹੁੰਦਾ, ਤੁਹਾਡੀ ਸਿਆਸਤ ਕਾਂਗਰਸ ਨੂੰ ਸੂਟ ਨਹੀਂ ਕਰਦੀ ਪਈ? ਦੇਖੋ ਸਵੈ ਸਾਹਿਬ ਨੇ ਕਿੰਨੀ ਮਤਲਬ ਕਹਿ ਰਿਹਾ ਵੀ ਇਹਨਾਂ ਦੇ ਆਪ ਇਹਨਾਂ ਨੇ ਗਲਤੀਆਂ ਕੀਤੀਆਂ, ਫਲਾਣਾ ਜੇ ਉਹ, ਇਹਨਾਂ ਕੋਲ ਕੁਛ ਹੋਇਆ ਨਹੀਂ। ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੀ ਨਹੀਂ ਬਣੀ, ਹਾਂਜੀ, ਅਤੇ ਸਾਡੇ ਤੋਂ ਕਿਹੜੀ ਇਹ ਕਿਹੜਾ ਕੰਮ ਕਹਿ ਰਿਹਾ ਅਸੀਂ ਨਹੀਂ ਕੀਤਾ? ਵੀ ਆਰ ਨੋਟ ਦਾ ਗਵਰਨਮੈਂਟ, ਗਵਰਨਮੈਂਟ ਕਾਂਗਰਸ ਪਾਰਟੀ ਦੀ, ਅਸੀਂ ਅਪੋਜੀਸ਼ਨ ਦੇ ਤੌਰ ਤੇ ਕੰਮ ਕਰ ਰਹੇ ਹਾਂ, ਉਹਦੇ ਵਿੱਚ ਅਸੀਂ ਆਪਣੀ ਭੂਮਿਕਾ ਠੀਕ ਨਿਭਾ ਰਹੇ ਹਾਂ। ਨਹੀਂ, ਸਰਕਾਰ ਨੂੰ ਚਲਾਉਣ ਵਾਲੇ ਤੁਸੀਂ ਬਣੇ ਹੋ, ਪੰਜਾਬ ਨੇ ਤੁਹਾਨੂੰ ਮਾਨ ਦਿੱਤਾ ਸੀ ਸੰਗੜਾ ਸਾਹਿਬ, ਸਰਕਾਰ ਨੂੰ ਚਲਾਉਣ ਵਾਲੇ ਤੁਸੀਂ ਬਣੇ ਸੀਗੇ। ਦੇਖੋ ਤੁਸੀਂ ਤਾਂ ਆਪ ਹੀ ਟੁੱਟ ਗਏ, ਤੁਸੀਂ ਸਰਕਾਰ ਦੀ ਚਲਾਉਣੀ ਹੈ? ਸੁਣੋ, ਇਦਾਂ ਨਹੀਂ, ਅਸੀਂ ਆਪਣਾ ਰੋਲ ਨਿਭਾ ਰਹੇ ਹਾਂ, ਸਰਕਾਰ ਸਾਡੀ ਦਿੱਲੀ 'ਚ ਹੈਗੀ ਆ, ਦਿੱਲੀ ਦੀ ਸਰਕਾਰ ਦੇ ਕੰਮਾਂ ਨਾਲ ਕੰਪੇਅਰ ਕਰ ਲੈਣ ਜਿੱਦਣ ਮਰਜ਼ੀ, ਹਾਂਜੀ। ਇਹ ਪੰਜਾਬ 'ਚ ਸਰਕਾਰ ਇਹਨਾਂ ਦੀ ਆ, ਤਾਂ ਕਹਿ ਇਹ ਰਹੇ ਆਮ ਆਦਮੀ ਪਾਰਟੀ ਪਰਫਾਰਮ ਨਹੀਂ ਕਰ ਸਕੀ, ਅਸੀਂ ਆਪੋਜੀਸ਼ਨ ਦੇ ਤੌਰ ਤੇ ਖੁਦ ਮੁਖਤਿਆਰੀ ਦੀ ਲੜਾਈ ਉੱਥੇ ਲੜਦੇ ਪਏ, ਪੰਜਾਬ ਵਾਲੇ ਇੱਥੇ ਲੜਦੇ ਪਏ। ਨਹੀਂ, ਚਲੋ ਦੇਖੋ ਗੱਲ ਸੁਣੋ, ਥੋੜੇ ਬਹੁਤ ਰੈਫਰੈਂਸਿਸ ਤਾਂ ਪਾਰਟੀਆਂ 'ਚ ਹੁੰਦੇ ਹੀ ਆ, ਪਰ ਸਾਡੇ ਜਿਹੜਾ ਮੁੱਖ ਕਾਰਨ ਇਹ ਆ ਕਿ ਇਹ ਆਮ ਆਦਮੀ ਪਾਰਟੀ ਦੇ ਵਿਰੁੱਧ ਕਾਮਨ ਮਿਨੀਮਮ ਪ੍ਰੋਗਰਾਮ ਇਹਨਾਂ ਰਵਾਇਤੀ ਪਾਰਟੀਆਂ ਦਾ ਅੱਜ ਵੀ ਹੈਗਾ ਆ, ਕਿਉਂਕਿ ਅੰਦਰੋਂ ਇਹ ਕਾਂਗਰਸ ਤੁਹਾਨੂੰ ਖਤਮ ਕਰਨਾ ਚਾਹੁੰਦੀ ਆ। ਹਾਂ, ਬਿਲਕੁਲ ਖਤਮ ਕਰਨਾ ਚਾਹੁੰਦੇ ਆ। ਤੁਸੀਂ ਦਿੱਲੀ ਦੀਆਂ ਐਗਜ਼ਾਮਪਲਸ ਦੇਖੋ ਨਾ, ਦਿੱਲੀ ਦੀਆਂ ਐਗਜ਼ਾਮਪਲ ਦੇਖੋ, 15 MLA ਰਾਤੋ ਰਾਤ ਡਿਸਮਿਸ ਕਰ ਦੇਣੇ, ਜਿੱਦਾਂ ਭ੍ਰਿਸ਼ਟ ਫਾਈਲਾਂ ਇੱਥੇ ਸਿੰਪਲ ਡਿਪਾਰਟਮੈਂਟਸ ਵਿੱਚ ਰਾਤੋ ਰਾਤ ਨਹੀਂ ਸਾਈਨ ਹੋ ਗਿਆ, ਹੋਰ MLA ਕਾਂਗਰਸ ਦੇ ਸੰਪਰਕ ਵਿੱਚ ਆ ਗਏ। ਇਹ ਤਾਂ ਹੁਣ ਇਹਨਾਂ ਨੂੰ ਪੁੱਛੋ ਸਵੈ ਸਾਹਿਬ ਨੂੰ, ਸਾਨੂੰ ਹੁਣ ਇਸ ਗੱਲ ਤੁਹਾਨੂੰ ਨਹੀਂ ਪਤਾ, ਅਸੀਂ ਤਾਂ ਸਵਾਲ ਕਰ ਰਹੇ ਹਾਂ, ਤੁਹਾਡੇ ਨਾਲ 7-8 MLA ਤੁਰੇ ਸੀ, ਕਿੱਧਰ ਗਏ ਸਾਰੇ? ਬੀਜੇਪੀ ਸਿੰਘ ਜੀ, ਇਕੱਲੇ ਇਕੱਲੇ ਦੱਸ ਦਿਓ ਪਲੀਜ਼, ਉਹ ਸਾਰੇ ਜਾਣਨਾ ਚਾਹੁੰਦੇ ਆ, ਮੈਨੂੰ ਸਾਰਿਆਂ ਨੇ ਫੋਨ ਕਰਕੇ ਤੰਗ ਕਰਨਾ ਹੈ ਵੀ ਤੁਸੀਂ ਪੁੱਛਿਆ ਨਹੀਂ ਗਾ ਸਵਾਲ ਬਰਾਗੀ ਸਾਹਿਬ ਨੂੰ। ਜਦੋਂ ਮੈਨੂੰ ਨਾਜ਼ਰ ਸਿੰਘ ਮਾਨਸ਼ਾ
ਮਜਬੂਰੀ ਤਾਂ ਹੁਣ ਉਹੀ ਦੱਸ ਸਕਦੇ ਨੇ। ਮੈਂ ਮਾੜਾ ਜਿਹਾ ਸਬਮਿਟ ਕਰਦਾ ਜੀ, ਉਹ ਤੁਸੀਂ ਪਤਾ ਸਭ ਨੂੰ ਸਾਰਿਆਂ ਨੂੰ। ਦੇਖੋ ਜੇ ਮੈਂ ਕਹਿੰਦਾ ਵੀ ਗਵਰਨਮੈਂਟ ਦੇ ਵਿੱਚ ਸਾਡੀ ਕੋਈ ਯੋਗਦਾਨ ਨਹੀਂ ਸੀ, ਬੀਂਗ ਏ ਓਪੋਜੀਸ਼ਨ ਲੀਡਰ, ਜੇ ਸਾਡੇ ਉਦੋਂ ਜਿੱਤੇ ਸੀ 20 MLA, ਅਸੀਂ ਬਹੁਤ ਵਧੀਆ ਪਰਫੋਰਮ ਕਰ ਸਕਦੇ ਸੀ ਅਤੇ ਕੀਤਾ ਵੀ, ਅਤੇ ਜੇ ਅੱਜ ਅਸੀਂ ਆਪਦੇ ਹਾਊਸ ਨੂੰ ਆਰਡਰ 'ਚ ਨਹੀਂ ਰੱਖ ਸਕੇ ਤਾਂ ਮੈਨੂੰ ਲੱਗਦਾ ਸਾਨੂੰ ਇਹਨਾਂ ਦੀ ਹਿੰਮਤ ਨਹੀਂ ਸੀ, ਨਾ ਅਕਾਲੀਆਂ ਦੀ ਨਾ ਕਾਂਗਰਸੀਆਂ ਦੀ, ਸਾਡੇ ਆਪਦਿਆਂ ਨੇ ਸਾਨੂੰ ਕਿਤੇ ਨਾ ਕਿਤੇ ਡਿੱਚ ਕੀਤਾ, ਅਤੇ ਜਿਹਦੇ ਕਰਕੇ ਓਪੋਜੀਸ਼ਨ ਪੰਜਾਬ ਦੇ ਵਿੱਚ ਖਿਲ ਰਹੀ ਆ ਅਤੇ ਅੱਜ ਝਾੜੂ ਕੁਚੀ ਬਣ ਕੇ ਰਹਿ ਗਿਆ ਵਾ। ਓਪੋਜੀਸ਼ਨ ਇਸ ਕਰਕੇ ਖਿਲ ਰਹੀ ਕਿ ਸੁਖਪਾਲ ਸਿੰਘ ਖਹਿਰਾ ਨੂੰ LOP ਤੋਂ ਲਾਤਾ? ਨਹੀਂ 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 ਸਿਰਫ ਇਸੇ ਕਰਕੇ KP ਸਿੰਘ ਜੀ, ਆਪਾਂ ਉੱਥੇ ਬਹੁਤ ਡਿਬੇਟਾਂ ਕਰ ਚੁੱਕੇ ਹਾਂ, ਇੱਕ ਵੇ ਹੁੰਦਾ ਵਾ, ਇੱਕ ਬੰਦਾ ਵਧੀਆ ਪਰਫਾਰਮ ਕਰ ਰਿਹਾ। ਜੇ ਤਾਂ ਆਪਾਂ, ਮੈਂ ਉਸੇ ਦੀ ਕਵਾਂ, ਤੁਸੀਂ ਇਹਨਾਂ ਦਾ ਇੱਕ ਸ਼ਬਦ ਵੀ ਆਇਆ ਵੀ ਜਵਾਨਾ ਉਹ ਆ ਗਿਆ ਵੀ ਨਹੀਂ ਬੂਟਾ ਸਾਹਿਬ, ਰਾਗੀ ਸਵਾਲ ਇਸ ਕਰਕੇ ਆ ਕਿਉਂਕਿ ਵਾਰ ਵਾਰ ਤੁਸੀਂ ਖੁਦ ਮੁਖਤਿਆਰੀ ਦੀ ਗੱਲ ਉਸ ਤੋਂ ਬਾਅਦ ਕੀਤੀ, ਉਸ ਤੋਂ ਪਹਿਲਾਂ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰਦੇ ਪਏ ਤੁਸੀਂ, ਸਵਾਲ ਇਸ ਕਰਕੇ ਆ। ਉਦੋਂ ਖੁਦ ਮੁਖਤਿਆਰੀ ਦਾ ਮੁੱਦਾ ਕਿਉਂ ਆ ਗਿਆ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਲਾਤਾ? ਉਸ ਤੋਂ ਪਹਿਲਾਂ ਫੁਲਕਾ ਸਾਹਿਬ ਵੀ ਸਾਇਲੈਂਟ ਬਣ ਕੇ ਰਹਿ ਗਏ ਸੀਗੇ, ਕੋਈ ਵੀ ਪੰਜਾਬ ਵਾਲਿਆਂ ਨੂੰ ਪੁੱਛਦਾ ਹੀ ਨਹੀਂ ਸੀਗਾ। ਅੰਦਰਲੀ ਗੱਲ ਇਹ ਵੀ ਸੀਗੀ, ਉਹ ਸਾਰਾ ਕੁਛ ਭਰਿਆ ਪਿਆ ਸੀ, ਉਹ ਤਾਂ ਚਲੋ ਤਤਕਾਲੀ ਨੇ ਕਾਰਨ ਬਣ ਜਾਂਦਾ ਵਾ, ਸਾਰੇ ਇੱਕ ਉਸ ਹਿਸਾਬ ਨਾਲ ਹੋ ਜਾਂਦੀਆਂ ਗੱਲਾਂ ਜਦੋਂ ਜਿਹੜੀਆਂ ਬਾਹਰ ਨਿਕਲ ਕੇ ਆਈਆਂ ਵਾ, ਪਰ ਰੌਲਾ ਇਹ ਆ ਉਹ ਵੀ ਟਾਈਮਿੰਗ ਸੀ ਜਾਂ ਨੈਤਿਕਤਾ ਸੀ? ਨਾ ਉਹ ਤਾਂ ਉਹ ਸਮਾਂ ਸੀ ਜੀ, ਉਹ ਸਮਾਂ ਸੀ। ਦੇਖੋ ਨੈਤਿਕਤਾ ਇਹ ਅੱਜ ਵੀ ਜੇ ਅਸੀਂ ਸਿਆਣੇ ਹੁੰਦੇ, ਹੁਣ ਆਪਾਂ ਕਹਿਣ ਨੂੰ ਐਵੇਂ ਇੱਧਰ ਉੱਧਰਲੀਆਂ ਗੱਲਾਂ ਮਾਰੀ ਜਾਈਏ, ਉਹ 'ਚ ਫਾਇਦਾ ਕੋਈ ਨਹੀਂ, ਮਾਨਸ਼ਾਹੀਆ ਆਪ ਦੇ MLA ਸੀ, ਜੇ ਅਸੀਂ ਸਿਆਣੇ ਹੁੰਦੇ ਤਾਂ ਸ਼ਾਇਦ ਉਹਨਾਂ ਨੂੰ ਸਾਂਭ ਲੈਂਦੇ, ਉਹ ਸਾਡੀ ਪੰਜਾਬ ਏਕਤਾ ਪਾਰਟੀ ਦਾ ਵੀ ਆ, ਪੰਜਾਬ ਦੇ ਲਾਰਜਰ ਇੰਟਰਸਟ ਦੇ ਵਿੱਚ। ਜੇ ਕੱਲ੍ਹ ਨੂੰ ਲੀਡਰ ਆਫ ਓਪੋਜੀਸ਼ਨ ਦੀ ਕੁਰਸੀ ਅਕਾਲੀਆਂ ਦੇ ਕੋਲੇ ਜਾਂਦੀ ਆ ਤਾਂ ਮੈਨੂੰ ਲੱਗਦਾ ਬਹੁਤ ਸ਼ਰਮਨਾਕ ਗੱਲ ਹੋਊਗੀ, ਅਤੇ ਉਹ ਇਹਨਾਂ ਦੀ ਵੀ ਰਿਸਪੋਂਸੀਬਿਲਟੀ ਆ ਸੰਘੇੜਾ ਸਾਹਿਬ ਹੋਣਾ ਦੀ, ਅਤੇ ਬਈ ਇਹ ਸਾਡੀਆਂ ਨਲਾਇਕੀਆਂ, ਸਾਡੀਆਂ ਕਮਜ਼ੋਰੀਆਂ। ਅਸੀਂ ਆਪਦੇ ਬੰਦੇ ਨੂੰ ਬੋਟਾ ਸਿੰਘ ਰਾਗੀ, ਪੰਜਾਬ ਵਿੱਚ ਜੇ ਤੀਜਾ LOP ਹੈਗਾ ਤੇ ਚੌਥਾ ਨਹੀਂ ਬਣੂਗਾ ਹੁਣ ਆਮ ਆਦਮੀ ਪਾਰਟੀ ਦਾ, ਮੈਨੂੰ ਲੱਗਦਾ ਜੈ ਹਜੇ। ਬਾਕੀ ਜਿੱਥੋਂ ਤੱਕ ਗੱਲ ਆਈ ਆ ਵੀ ਵੀ ਆਰ ਨੋਟ ਦਾ ਗਵਰਨਮੈਂਟ, ਇੱਕ ਇਹਨਾਂ ਦਾ MLA ਕਹਿ ਰਿਹਾ ਵਾ ਵੀ ਵੀ ਆਰ ਗਵਰਨਮੈਂਟ, ਉਹ ਪਤਾ ਨਹੀਂ ਕੀ ਆ। ਉਹ ਦੇਖੋ ਗੱਲ ਸੁਣੋ, ਉਹਦੇ ਇੱਕ ADC ਦੇ ਸਾਹਮਣੇ ਨਹੀਂ ਕਹਿ ਰਿਹਾ ਉਹ, ਨਹੀਂ ਇੱਕ ਮਜ਼ਾਕ ਬਣਾਉਣ ਵਾਲੀ ਗੱਲ ਹੈ। ADC ਦੇ ਸਾਹਮਣੇ ਜਿਹੜੇ ਪ੍ਰਸ਼ਾਸਨ ਹੈ, ਆਫੀਸਰ ਹੁੰਦੇ ਆ, ਉਹ ਸੈਕੰਡ ਲੇਅਰ 'ਚ ਹੁੰਦੇ ਆ, ਉਹਨਾਂ ਵਾਸਤੇ ਸਾਰੇ MLA ਗਵਰਨਮੈਂਟ ਆ, ਐਵੇਂ ਉਸ ਦਾ ਮਜ਼ਾਕ ਬਣਾਉਣ ਦੀ ਲੋੜ ਨਹੀਂ ਹੈਗੀ। ਸਾਡੇ ਸਾਰੇ ਵਧੀਆ ਕੰਮ ਕਰ ਰਹੇ ਆ, ਕੁਲਤਾਰ ਸਿੰਘ ਸੰਧਵਾ ਠੀਕ ਹੈ, ਤਲੋ ਸਿੰਘ ਹਾਂ, ਤੁਹਾਡੇ ਵਾਂਗੂ ਐਵੇਂ ਨਹੀਂ ਕਦੇ ਕਿਸੇ ਨੂੰ ਗਾਲ ਕੱਢਤੀ ਮੁੱਖ ਮੰਤਰੀ ਨੂੰ ਪ੍ਰੈਸ ਕਾਨਫਰੰਸ 'ਚ ਬੈਠ ਕੇ, ਲੇਡੀਜ਼ ਦੇ MLA ਦੇ ਗਲਾਂ 'ਚ ਜੁੱਤੀਆਂ ਦੇ ਹਾਰ ਪਾ ਕੇ ਫੇਸਬੁੱਕ 'ਤੇ ਪਾਤਾ, ਹੁਣ ਤੁਹਾਡੇ ਗਰੁੱਪ 'ਚ ਚਲਾ ਗਿਆ। ਜੈ ਹੋ ਗਿਆ, ਤੁਸੀਂ ਕਰਤੂਤਾਂ ਕੀਤੀਆਂ, ਪੰਜਾਬ 'ਚ ਤੀਜੀ ਸੋਚ ਨੂੰ ਮਾਰਿਆ, ਤੇ ਹੋਰਾਂ ਦਾ ਇਦੋਂ ਵੱਧ ਚਾਹੀਦਾ ਸੀਗਾ। ਸੁਖਪਾਲ ਸਿੰਘ ਖਹਿਰਾ ਨੇ ਨਾਲੇ ਇੱਕ ਹੱਥ 'ਚ ਉਹੀ ਕੁੱਚੀ ਫੜੀ ਹੋਈ ਹੈ ਜਿਹਨੂੰ ਤੁਸੀਂ ਝਾੜੂ ਨਹੀਂ ਕਰਨਾ ਚਾਹੁੰਦੇ, ਕਿਹੜੀ ਕੁੱਚੀ ਫੜੀ ਹੈ ਜਿਹਨੂੰ ਛੱਡਦੀ ਕੁੱਚੀ 6 ਮਹੀਨੇ ਪਹਿਲਾਂ ਛੱਡੇਗਾ, 6 ਮਹੀਨੇ ਆ ਪ੍ਰੈਸ ਨੋਟ ਆ, ਅਸਤੀਫਾ ਥੜੋ ਹੈ, ਪ੍ਰੈਸ ਨੋਟ ਹੈ, ਹੈ ਉਹਨੂੰ ਪੁੱਛ ਤਾਂ ਲਓ, ਜਾ ਕੇ ਅਸਤੀਫਾ ਵੀ ਭੇਜਦਾ ਕੋਈ ਤਾਂ ਘਰ ਬਣਾਓ, ਮੈਂ ਤੁਹਾਡੀ ਭਾਵਨਾਵਾਂ ਸਮਝ ਸਕਦਾ। ਆਪ ਕੋਈ ਲਾਲਚੀ ਹੁੰਦੇ ਤੁਸੀਂ, ਹਾਂਜੀ, ਮੌਕਾ ਪ੍ਰਸਤ ਨਾ ਨੈਤਿਕਤਾ ਤੁਹਾਡੇ 'ਚ ਕੋਈ, ਪਲੀਜ਼ ਸੰਗੜਾ ਸਾਹਿਬ, ਦੂਜਿਆਂ ਬੰਦਿਆਂ ਨੂੰ ਤੁਸੀਂ ਝਾੜੂ ਨੂੰ ਕੁੱਚੀ ਕਹਿ ਰਹੇ ਆ, ਬੋਲਣਾ ਤਾਂ ਸਿੱਖ ਲਓ ਘੱਟੋ ਘੱਟ। ਨਾ ਹੁਣ ਰਹੀ ਕੁੱਚੀ ਗਈ, ਕੁੱਚੀ ਛੋਟੀ ਹੁੰਦੀ ਆ, ਹੁਣ ਰਹਿ ਕੀ ਗਿਆ, ਬੰਦੇ ਨੂੰ ਦੱਸ ਦਿਓ, ਜ਼ੋਰਤ ਕਰੋ, ਪੰਜੇ ਨੂੰ ਕੁਝ ਕਹਿੰਦੇ ਜੋੜੋ, ਉਹਨਾਂ ਦੇ ਗੋਡਿਆਂ 'ਚ ਡਿੱਗਦੇ ਹੋ ਜਾ ਕੇ, ਕੌਣ ਡਿੱਗਦਾ ਜੀ ਪ੍ਰੋਪਰ, ਬੁੱਢੇ ਦੇ ਬਰਾਬਰ 3600 ਨਾਂ ਰੱਖੇ ਹੋਏ ਆ, ਕੈਪਟਨ ਦਾ ਰੱਖ ਕੇ ਦਿਖਾਓ, ਤੁਹਾਡਾ ਸਿਰ ਥੱਲੇ ਨੂੰ ਲੱਤਾਂ ਉੱਪਰ ਨੂੰ ਨਾ ਕਰ ਦੇਣ, ਇੱਕ ਸ਼ਰੀਫ ਬੰਦਾ ਜਿਹੜਾ ਇਹ ਕਾਂਗਰਸ ਦੀ, ਉਹਦੇ ਬਾਰੇ ਬਕਵਾਸ ਕਰ ਦਿੰਦੇ ਆ, ਤੁਸੀਂ ਕਾਂਗਰਸ ਦੀ ਭਗਵੰਤ ਮਾਨ ਨੂੰ ਕਦੇ ਭਾਂਡੋ, ਕਦੇ ਕੁਛ, ਕਦੇ ਕੁਛ, ਤਕੜੇ ਬੰਦੇ ਨਾਲ ਪੰਗਾ ਲਾਉਂਦੇ ਪਤਾ ਨਹੀਂ। ਸੰਗੜਾ ਸਾਹਿਬ, ਸੰਗੜਾ ਸਾਹਿਬ, ਸੰਗੜਾ ਸਾਹਿਬ, ਬਾਦਲ ਸਾਹਿਬ ਦੇ ਕਹੋ ਇੱਕ ਨੇ ਜੁੱਤੀ ਮਾਰੀ ਸੀ, ਹੁਣ 2 ਸਾਲ ਦੀ ਸਜ਼ਾ ਕਰਵਾਤੀ, ਕੇਜਰੀਵਾਲ ਦੇ ਮਗਰ ਮਗਰ ਤੁਰੇ ਫਿਰਦੇ। ਸੰਗੜਾ ਸਾਹਿਬ, ਤੁਸੀਂ ਇਹਨਾਂ ਨੂੰ ਕਾਂਗਰਸ ਦੀ ਬੀ ਟੀਮ ਕਹਿ ਰਹੇ ਹੋ ਪੰਜਾਬ ਦੇ ਵਿੱਚ? ਪੰਜਾਬ ਵਿੱਚ ਬਣਾ ਲਈ, ਨਹੀਂ ਅਸੀਂ ਰੱਖਣਾ ਝਾੜੂ ਹੀ ਆ ਕੋਲ, ਝਾੜੂ ਕੱਛ 'ਚ ਲਿਆ ਹੋਇਆ ਹੈ ਜੀ, ਝਾੜੂ ਦੀ ਸਹੁੰ ਖਾ ਕੇ MLA ਬਣੇ ਆ, ਪਰ MLAship ਨਹੀਂ ਛੱਡਣੀ, ਪਾਰਟੀ ਦੂਜੀ ਦਾ ਕਰਨਾ, ਚਲੋ ਆਪਣੇ ਘਰ ਦਾ ਆਪਣੇ ਸਾਹਮਣੇ ਕਰ ਰਹੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 3 LOP ਬਣਾਤੇ, ਹੁਣ ਚੌਥੇ ਦੀ ਸੰਭਾਵਨਾ ਹੈ, ਜਾਂ ਇਹ ਤੀਜਾ ਹੀ ਪੂਰਾ ਟਨੇਵਰ ਆਪਣੀ ਪੂਰੀ ਕਰਨਗੇ, ਜਾਂ ਆਮ ਆਦਮੀ ਪਾਰਟੀ ਕੋਲ LOP ਵਾਲਾ ਸੰਕਟ ਖੜਾ ਹੋ ਗਿਆ। ਦੇਖੋ ਜੀ, ਇਹ ਤਾਂ ਜਿਹੜੇ 4 MLA ਰਹਿ ਗਏ ਨੇ ਉਹਨਾਂ ਦੇ ਹੱਥ ਹੈ, ਅਤੇ ਜੇ ਨਾਜਰ ਸਿੰਘ ਇੱਧਰ ਉੱਧਰ ਜਾ ਸਕਦੇ ਨੇ ਤਾਂ ਯਕੀਨ ਕਿਸੇ ਦਾ ਨਹੀਂ ਕੀਤਾ ਜਾ ਸਕਦਾ। ਖਹਿਰਾ ਸਾਹਿਬ ਦੇ ਨਾਲ ਤੁਹਾਨੂੰ ਕਿਹੜੇ ਲੱਗਦੇ ਆ ਹੋਰ ਖੜੇ ਆ? ਖਹਿਰਾ ਸਾਹਿਬ ਨਾਲ ਮਾਸਟਰ ਬਲਦੇਵ ਸਿੰਘ ਕਮਾਲੂ ਸਾਹਿਬ ਤਾਂ ਇਹਨਾਂ ਨੇ ਕਹਿਤਾ, ਸਿੱਧੇ ਤੌਰ 'ਤੇ ਮਾਸਟਰ ਬਲਦੇਵ ਸਿੰਘ ਖੜੇ ਨੇ, ਬਾਕੀ ਕੋਈ ਇੱਕ ਅੱਧਾ ਲੁਕਵੇਂ ਢੰਗ ਨਾਲ ਖੜਾ ਹੈ, ਸਿੱਧੇ ਤੌਰ 'ਤੇ ਇਹਨਾਂ ਨਾਲ ਨਹੀਂ ਖੜਾ। ਇਹਦਾ ਮਤਲਬ ਉਹ ਵੀ ਕਾਂਗਰਸ ਸੰਪਰਕ ਵਿੱਚ ਹੋ ਸਕਦੇ ਆ ਜਾਂ ਕਿਸੇ ਹੋਰ ਪਾਰਟੀ ਦੇ ਸੰਪਰਕ ਵਿੱਚ ਹੋ ਸਕਦੇ। ਪਰ ਮੈਂ ਨਾ ਇੱਕ ਸਵੈ ਸਾਹਿਬ ਦੀ ਗੱਲ ਦਾ ਮੈਨੂੰ ਬੜਾ ਇੰਟਰਸਟਿੰਗ ਲੱਗਾ, ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲੇ ਸਿਧਾਂਤ ਅਧੀਨ ਹੈ, ਹੈ ਨਾ, ਇਹਨਾਂ 'ਚ ਨੈਤਿਕਤਾ ਨਹੀਂ ਗੀ। ਪਰ ਮੈਨੂੰ ਲੱਗਦਾ ਹੁਣ ਤੁਹਾਨੂੰ ਸਵੈ ਸਾਹਿਬ ਕਹਿਣਾ ਪੈਣਾ ਵੀ ਨਾਜਰ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਮਾੜੇ ਨੇ।
कुछ होर भी चंगे हैगे होर भी हैगे कुछ इहदा मतलब कांग्रेस ही आम आदमी पार्टी नूं खतम करन विच लगी हुई पंजाब दे अपने संघेड़ा साहब बड़े भावुक हो गए संघेड़ा साहब कह रहे हैं भी कांग्रेस जिहड़ी है आम आदमी पार्टी नूं संघेड़ा साहब अच्छे ने मैं संघेड़ा साहब खत्म करना चाहुंदी है कहिंदे खत्म करना चाहुंदी पर संघेड़ा साहब मैं बेनती करना चाहुंदा अपने वड्डे लीडर अरविंद केजरीवाल उहनां नूं कहो ਵੀ ਉਹ ਕਿੰਨੇ ਚਿਰ ਦੇ ਮਗਰ ਪਏ ਕਾਂਗਰਸ ਦੇ ਸਾਡੇ ਨਾਲ ਗੱਠਜੋੜ ਕਰੋ ਜਿਹੜੀ ਖਾਣਾ ਹੀ ਚਾਹੁੰਦੀ ਆਪ ਨੂੰ ਅਤੇ ਕੇਜਰੀਵਾਲ ਸਾਹਿਬ ਨੂੰ ਇਹ ਨਹੀਂ ਕਰਨਾ ਚਾਹੀਦਾ ਬਾਕੀ ਕੇ ਪੀ ਦੀ ਗੱਲ ਮੈਂ ਫਿਰ ਕਹਿੰਦਾ ਦੁਖਾਂ 'ਤੇ ਆਏ ਇਹ ਵੀ ਦੋਸਤ ਇਹੀ ਮੰਨਦੇ ਨੇ ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਮੈਨੂੰ ਬਹੁਤ ਚੰਗੇ ਲੱਗਦੇ ਕੁਲਵੰਤ ਸਿੰਘ ਪੰਡੋਰੀ ਹਾਂਜੀ ਮਨਜੀਤ ਸਿੰਘ ਬਿਲਾਸਪੁਰ ਮੀਤ ਹੇਅਰ ਮਤਲਬ ਇਹ ਲੋਕ ਨੇ ਹਰਪਾਲ ਚੀਮਾ ਇਹਨਾਂ ਨੂੰ ਆਪਾਂ ਪਹਿਲਾਂ ਕਿਤੇ ਨਾਂ ਜਾਣਦੇ ਸੀ ਔਰ ਆਮ ਘਰਾਂ ਦੇ ਜਿਹੜੇ ਐੱਮ ਐੱਲ ਏ ਬਣੇ ਨੇ ਜਿਨ੍ਹਾਂ ਲੋਕ ਚਾਹੁੰਦੇ ਸੀ ਪੰਜਾਬ ਦੇ ਲੋਕ ਇਹੀ ਚਾਹੁੰਦੇ ਸੀ ਵੀ ਆਮ ਬੰਦੇ ਜਿਹੜੇ ਨੇ ਉਹ ਐੱਮ ਐੱਲ ਏ ਬਣਨ ਪਰ ਮੈਨੂੰ ਮੈਂ ਸਮਝਦਾ ਵੀ ਇਹ ਦੁਖਾਂਤ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਵੱਡੀ ਇਹ ਕੁਤਾਹੀ ਹੈ ਇੰਨੇ ਵੱਡੇ ਇਹਦੇ ਲਈ ਇਕੱਲੇ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹੈ ਨਹੀਂ ਸਾਰੀ ਲੀਡਰਸ਼ਿਪ ਉਹ 'ਚ ਭਗਵੰਤ ਮਾਨ ਵੀ ਜ਼ਿੰਮੇਵਾਰ ਨੇ ਉਹਦੇ 'ਚ ਕੇਜਰੀਵਾਲ ਸਾਹਿਬ ਵੀ ਜ਼ਿੰਮੇਵਾਰ ਨੇ ਉਹ 'ਚ ਸੁਖਪਾਲ ਸਿੰਘ ਖਹਿਰਾ ਵੀ ਜ਼ਿੰਮੇਵਾਰ ਨੇ ਉਹਦੇ 'ਚ ਇਹ ਸਾਰੇ ਜ਼ਿੰਮੇਵਾਰ ਨੇ ਸਾਰੇ ਜ਼ਿੰਮੇਵਾਰ ਕੋਈ ਕਿਸੇ ਕੋਈ ਇਹਨਾਂ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਆਪ ਹੀ ਖਤਮ ਹੋ ਰਹੇ ਆ ਆਪ ਆਪਣੀਆਂ ਗਲਤੀਆਂ ਨਾਲ ਖਤਮ ਹੋ ਠੀਕ ਹੈ ਖੋਰ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ ਸਵਾਲ ਇੱਕੋ ਪੁੱਛਿਆ ਜਾਵੇਗਾ ਕਿ ਪੰਜਾਬ 'ਚ ਸੰਗਰੂਰ ਤੱਕ ਸੀਮਤ ਹੋ ਗਈ ਆਮ ਆਦਮੀ ਪਾਰਟੀ ਬ੍ਰੇਕ ਤੋਂ ਵਾਪਸ ਆ ਕੇ ਪੁੱਛਾਂਗੇ ਜ਼ਰੂਰ ਅਸੀਂ ਸਵਾਲ ਇੱਕੋ ਪੁੱਛ ਰਹੇ ਹਾਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਆਪ ਦਾ ਐਗਜ਼ਿਟ ਪੋਲ ਕੀ ਕਹਿੰਦਾ ਹੈਗਾ ਬੁੱਢਾ ਸਿੰਘ ਬਰਾਗੀ ਜੀ ਸਰ ਆਮ ਆਦਮੀ ਪਾਰਟੀ ਜਿਹਦੇ ਵਿੱਚ ਤੁਸੀਂ ਲੰਬਾ ਸਮਾਂ ਰਹੇ ਹੋ ਇਸੇ ਕੁਰਸੀ 'ਤੇ ਬਹਿ ਕੇ ਤੁਸੀਂ ਮੇਰੇ ਨਾਲ ਵੀ ਬੜੀ ਬਹਿਸ ਕਰਦੇ ਰਹੇ ਹੋ ਬਹੁਤ ਆਮ ਆਦਮੀ ਪਾਰਟੀ ਡਿਫੈਂਡ ਕਰਦੇ ਰਹੇ ਹੋ ਉਹ ਆਮ ਆਦਮੀ ਪਾਰਟੀ ਪੰਜਾਬ ਦੀ ਗੱਲ ਕਰਦੀ ਸੀ ਦਿੱਲੀ ਦੀ ਗੱਲ ਕਰਦੀ ਸੀ ਹੁਣ ਸੰਗਰੂਰ ਤੱਕ ਸੀਮਤ ਹੋ ਗਈ ਹੈ ਸਰ ਬਿਲਕੁਲ ਇਹ 'ਚ ਕੋਈ ਦੋ ਰਹਿ ਨਹੀਂ ਜੀ ਇਹ ਸੀਮਤ ਵੀ ਇਹਨਾਂ ਦੇ ਆਪਦੀ ਵੀ ਇਹੀ ਜ਼ੋਰ ਆ ਵੀ ਅਸੀਂ ਸੰਗਰੂਰ ਤੱਕ ਹੀ ਸੀਮਤ ਰਹੀਏ ਅਤੇ ਮੈਨੂੰ ਬਸ ਬਾਕੀ ਸਾਰਾ ਕੁਛ ਹੈਗਾ ਜੀ 23 ਤਰੀਕ ਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਕੀ ਆ ਕੀ ਨਹੀਂ ਅਤੇ ਵੱਡੀ ਗੱਲ ਜਿਵੇਂ ਸਰਦਾਰ ਤਰਲੋਚਨ ਸਿੰਘ ਜੀ ਨੇ ਕਹੀ ਆ ਵੀ ਉਹ ਆਈਡੋਲੋਜੀ ਜਿਹੜੀ ਨੂੰ ਲੈ ਕੇ ਤੁਰੇ ਸੀਗੇ ਅਸੀਂ ਅੱਜ ਜਿਨ੍ਹਾਂ ਤਾਕਤਾਂ ਦੇ ਅਗੇਂਸਟ ਤੁਰੇ ਸੀਗੇ ਇੱਕ ਕਲਾਸ ਦੇ ਰੂਪ ਵਿੱਚ ਅੱਜ ਉਹਨਾਂ ਨੂੰ ਅਸੀਂ ਸਰੈਂਡਰ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਸਰੈਂਡਰ ਕੋਈ ਰੌਲਾ ਤਾਂ ਇਹੀ ਮੈਂ ਬੜਾ ਸਧਾਰਨ ਜਿਹਾ ਸਵਾਲ ਕਰਨਾ ਬੁੱਢਾ ਸਿੰਘ ਬਰਾਗੀ ਤੁਹਾਨੂੰ ਕਰੋ ਜੀ ਜੇ ਜਵਾਬ ਹੋਇਆ ਤਾਂ ਦੇ ਦਿਓ ਜ਼ਰੂਰ ਦਵਾਂ ਆਮ ਆਦਮੀ ਪਾਰਟੀ ਅਤੇ ਪੀਡੀਏ ਦੇ ਜਿੰਨੇ ਕੈਂਡੀਡੇਟ ਹੈ ਕਿ ਉਹਨਾਂ ਵਿੱਚੋਂ ਕਿੰਨੀਆਂ ਦੀਆਂ ਜਮਾਨਤਾਂ ਬਚ ਜਾਣਗੀਆਂ ਦੇਖੋ ਕੋਈ ਮੈਂ ਇਸ ਦਾ ਪ੍ਰੈਡਿਕਟ ਤਾਂ ਨਹੀਂ ਬਾਹਲਾ ਕਰ ਸਕਦਾ ਆਮ ਆਦਮੀ ਪਾਰਟੀ ਦੱਸ ਦਿਓ ਚਲੋ ਤੁਸੀਂ ਆਪਦੇ ਨਹੀਂ ਦੱਸਦੇ ਨਾ ਹੁਣ 23 ਨੂੰ ਹੀ ਸਾਰੇ ਪੱਤੇ ਖੁੱਲਣਗੇ ਜੀ ਇਹ ਮੈਂ ਚੰਗਾ ਨਹੀਂ ਲੱਗਦਾ ਬਹੁਤ ਡਿਪਲੋਮੈਟ ਹੋਏ ਗਏ ਪਤਾ ਨਹੀਂ ਕਿਹਦੇ ਸਵਾਲਾਂ ਦਾ ਜਵਾਬ ਦੇਣਾ ਬਹੁਤ ਡਿਪਲੋਮੈਟ ਹੋਏ ਗਏ ਕੁਝ ਤਾਂ ਸੋਚਿਆ ਹੋਊਗਾ ਤੁਸੀਂ ਤੇ ਮੈਂ ਤਾਂ ਚਾਹੁੰਦਾ ਜੀ ਸਾਰੇ ਜਿਹੜੇ ਚੰਗੇ ਬੰਦੇ ਆ ਪੰਜਾਬ ਦੇ ਜਿਹੜੇ ਪੰਜਾਬ ਦੀ ਆਵਾਜ਼ ਰੱਖ ਸਕਦੇ ਉੱਥੇ ਆਵਾਜ਼ ਬਣ ਸਕਦੇ ਆ ਚਾਪਲੂਸ ਨਾ ਜਿੱਤਣ ਜਿਹੜੇ ਉੱਥੇ ਜਾ ਕੇ ਸਰੈਂਡਰ ਕਰਨਗੇ ਜਿਹੜੇ ਆਪਦੇ ਆਕਾਮਾਂ ਲਈ ਦੇਖਣਗੇ ਬਸ ਤੁਸੀਂ ਸਮਝ ਜਾਓ ਮੈਂ ਡੇਢੇ ਤਰੀਕੇ ਨਾਲ ਦੇਤਾ ਜਿਹੜੇ ਆਪਦੇ ਆਕਾਮਾਂ ਤੋਂ ਪੁੱਛ ਕੇ ਪੰਜਾਬ ਦੀ ਗੱਲ ਕਰਨਗੇ ਉਹ ਨਾ ਜਿੱਤਣ ਜਿਹੜੇ ਸਿੱਧੇ ਪੰਜਾਬ ਦੇ ਪਾਣੀਆਂ 'ਤੇ ਪਹਿਰਾ ਦੇਣਗੇ ਪੰਜਾਬ ਦੀ ਬੋਲੀ 'ਤੇ ਪੰਜਾਬ 'ਤੇ ਪਹਿਰਾ ਦੇਣਗੇ ਉਹ ਜਿੱਤ ਕੇ ਚਲੇ ਜਾਣ ਜਿਹੜੇ ਪਰਮਿਸ਼ਨਾਂ ਲੈ ਕੇ ਬੋਲਣਗੇ ਪਾਰਲੀਮੈਂਟ 'ਚ ਮੇਰੀ ਉਹ ਕੋਸ਼ਿਸ਼ ਆ ਉਹ ਨਾ ਜਿੱਤਣ ਜਿਹੜੇ ਦਿੱਲੀ ਦੇ ਕਾਮਾਂ ਤੋਂ ਬਿਨਾਂ ਬੋਲਦੇ ਸੀਗੇ ਉਹ ਤਾਂ ਜਾ ਕੇ ਗੋਡਿਆਂ 'ਚ ਡਿੱਗ ਪਏ ਇਹ ਆ ਤਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਉਹ ਤੁਹਾਡੇ ਬੰਦੇ ਸੀਗੇ ਹੁਣ ਤਾਂ ਤੁਹਾਡੇ ਚਰਨ ਕਮਲ ਤੇ ਚੱਲਦੇ ਸੀਗੇ ਖਹਿਰਾ ਸਾਹਿਬ ਤੋਂ ਦੂਜੇ ਨੰਬਰ ਤੇ ਸੀਗੇ ਪਾਰਲੀਮੈਂਟ ਦੀ ਗੱਲ ਕਰ ਰਹੇ ਆ ਸੰਘੇੜਾ ਸਾਹਿਬ ਵੀ ਉੱਥੇ ਉਹ ਨਾ ਪਹੁੰਚਣ ਮੈਂ ਇੱਕ ਇੰਨਾ ਨਾ ਤੁਸੀਂ ਭਾਵੁਕ ਹੋਵੋ ਇੱਕ ਮੈਂ ਇਹਦੇ 'ਚ ਆਪਣਾ ਰਾਏ ਦੇਣੀ ਚਾਹੁੰਦਾ ਹਾਂ ਇਹ ਨਾ ਤੁਸੀਂ ਸਮਝੋ ਵੀ ਨਾਜਰ ਸਿੰਘ ਮਾਨਸ਼ੇ ਨੂੰ ਤਾਂ ਜੁਆਇਨ ਕਰ ਲਿਆ ਪਹਿਲੀ ਗੱਲ ਤਾਂ ਪਹਿਲਾਂ ਇੱਧਰ ਦੂਸਰੇ ਗਰੁੱਪ ਸੀਗੇ ਉਹ ਨਾਲੇ ਆਮ ਆਦਮੀ ਪਾਰਟੀ ਦੀ ਰਵਾਇਤ ਹੈ ਬਈ ਇੱਥੇ ਸਿਰਫ ਲੀਡਰ ਜਾਂਦੇ ਆ ਵੋਟਰ ਨਹੀਂ ਜਾਂਦਾ ਇਸ ਕਰਕੇ ਐਡੀ ਛੇਤੀ ਨਾ ਤੁਸੀਂ ਕਾਲੇ ਪਾਓ ਵੀ ਕਿੰਨੀਆਂ ਸੀਟਾਂ ਰਹਿ ਗਈਆਂ ਜਾਂ ਕਿੰਨੀਆਂ ਚਲੇ ਗਈਆਂ ਜਾਂ ਕਿੰਨੀਆਂ ਨਾਜਰ ਸਿੰਗ ਮਾਨਸੇ ਨਾਲ ਕੋਈ ਫਰਕ ਨਹੀਂ ਪੈਂਦਾ ਹਾਂ ਕੋਈ ਫਰਕ ਨਹੀਂ ਪੈਂਦਾ ਸਿਰਫ ਦੁੱਖ ਹੁੰਦਾ ਬਸ ਦੁੱਖ ਹੁੰਦਾ ਆ ਦੇਖੋ ਜਦੋਂ ਜਿਹੜੀ ਟਾਹਣੀ ਦਰਖਤ ਨਾਲ ਟੁੱਟ ਜਾਂਦੀ ਆ ਉਹ ਸੁੱਕ ਜਾਂਦੀ ਹੈ ਠੀਕ ਹੈ ਨਾ ਇਸ ਕਰਕੇ ਸਾਡਾ ਇੰਟਰਨਲ ਸਰਵੇ ਜਿਹੜਾ ਆ ਸਾਡਾ ਇੰਟਰਨਲ ਸਰਵੇ ਸਾਨੂੰ ਅੱਜ ਦੀ ਤਰੀਕ ਵਿੱਚ 6-7 ਸੀਟਾਂ ਦੇ ਰਿਹਾ ਔਰ ਅਸੀਂ ਡੇ ਬਾਈ ਡੇ ਪ੍ਰੋਗਰੈਸ ਕਰ ਰਹੇ ਨਹੀਂ ਗੱਲ ਸੁਣੋ ਇੱਕ ਮਿੰਟ ਤੁਸੀਂ ਆਪਣਾ ਕਹਿਤਾ ਨਾ ਤੁਹਾਨੂੰ ਤਾਂ ਆਪਣੀ ਪਾਰਟੀ ਦਾ ਨਹੀਂ ਪਤਾ ਕਿੰਨੇ ਦੀ ਜਮਾਨਤਾਂ ਬਚਣੀਆਂ ਤੁਸੀਂ ਕਹਿੰਦੇ ਵੀ ਤੁਸੀਂ ਦੱਸੋ ਚਲੋ ਕਿੰਨੀਆਂ ਦੀਆਂ ਬਚਣੀਆਂ ਨਹੀਂ ਮੈਂ ਦੇਖੋ ਮੈਂ ਤੁਸੀਂ ਦੱਸੋ ਆਪਦੀ ਪਾਰਟੀ ਦੀਆਂ ਕਿੰਨੀਆਂ ਦੀਆਂ ਜਮਾਨਤਾਂ ਬਚਾ ਰਹੇ ਹੋ ਕੇਪੀ ਜੀ ਹੁਣਾਂ ਨੂੰ ਜਵਾਬ ਦੇ ਰਹੇ ਮਾਨ ਦੀ ਜਮਾਨਤ ਜੱਤ ਨਹੀਂ ਹੁੰਦੀ ਬਚ ਰਹੇ ਮੈਂ ਤਾਂ ਨਾ ਕੋਹਾਂ ਬਚ ਰਹੇ ਸੰਗੇੜਾ ਸਾਹਿਬ ਇਹਨਾਂ ਦੀ ਗੱਲਾਂ ਨਹੀਂ ਕਰਦੇ ਚੰਗੇ ਲੱਗਦੇ ਆਪਣੀ ਆਪਣੀ ਬਾਰੀ ਸਰ ਜਿੱਥੇ ਆਮ ਆਦਮੀ ਪਾਰਟੀ ਨੂੰ ਬਾਗੀ ਹੀ ਪਰੇਸ਼ਾਨ ਕਰ ਰਿਹਾ ਬੜੀ ਅੱਛੀ ਰਿਪੋਰਟ ਸੀ ਤਰਲੋਚਨ ਬਾਗੀ ਜਿਹੜੇ ਆ
वोटर नहीं सानू परेशान कर रहा, बागी परेशान जरूर कर रहे, कोई शक नहीं। आम आदमी पार्टी लिए मुश्किलां बहुत वधियां आ, पर जो असीं चार भी जीते सीगे ना, उदो ना इत्थे साडा ढांचा सी, ना दिल्ली च सरकार सी, ना साडे कोल कुछ दसण लई सीगा। हुण साडे कोल बहुत कुछ है, असीं रेगुलरली लोकां दे कोल जा रहे हां। असीं आ सवैद साहब दी गल जिहड़ी आ, असीं इन्हां दीआं गल्लां ही असीं लोकां नूं दस रहे हां। तुहाडे घर च कोई नौकरी मिली, मैं इन्हां दे हौसले दाद मैनूं मैनूं गल करन दिओ, हौसले दाद कर देना ना अपनी टाइम। नहीं हुण डोर टू डोर जाके कहने कि भई तुसीं भगवंत मान दी चिट्ठी लै लो। नहीं नहीं, असीं नूं चिट्ठी चिट्ठी वी दिंदी अलग चीज़ है। असीं कहने ਸਾਡੇ ਘਰ ਚ ਨੌਕਰੀ ਮਿਲੀ, ਉਹ ਕਹਿੰਦੇ ਜੀ ਨਹੀਂ ਸਾਡੇ ਤਾਂ ਨੀ ਮਿਲੀ ਕੋਈ। ਅਸੀਂ ਕਿਹਾ ਗੁਆਂਢ ਚ ਮਿਲ ਗਈ ਹੋਵੇ, ਕਹਿੰਦੇ ਨਹੀਂ ਜੀ ਗੁਆਂਢ ਚ ਵੀ ਨੀ ਮਿਲੀ। ਅਸੀਂ ਕਿਹਾ ਸਾਰੇ ਪਿੰਡ ਚ ਜੇ ਮਿਲ ਗਈ ਹੋਵੇ ਤਾਂ ਵੀ ਤੁਸੀਂ ਕੈਪਟਨ ਸਾਹਿਬ ਨੂੰ ਵੋਟ ਪਾ ਦਿਓ, ਜੇ ਸਾਰੇ ਪਿੰਡ ਚ ਨਹੀਂ ਕਿਤੇ ਮਿਲੀ ਹੈ ਜੀ ਫਿਰ ਸਾਡੇ ਬਾਰੇ ਸੋਚੋ। ਉਹ ਐ ਨਹੀਂ ਕਹਿੰਦੇ ਵੀ ਜਿਹਨਾਂ ਨੂੰ ਨੌਕਰੀ ਮਿਲੀ ਸੀ ਉਹ ਛੱਡ ਗਏ ਤੁਹਾਡੇ MLA, ਉਹ ਐ ਨਹੀਂ ਕਹਿੰਦੇ। ਮਜ਼ਾਕ ਚ ਨਾ ਕਰੋ ਤੁਸੀਂ, ਨਹੀਂ ਦੇਖੋ ਨਹੀਂ ਪੁੱਛਦੇ ਨਹੀਂ ਸਗੜਾ ਸਾਹਿਬ, ਲੋਕਾਂ ਦਾ ਹੱਕ ਹੈ। ਰੋਹਿਤ ਸਿੰਘ ਜੀ ਨੇ ਵੀ ਕਿਹਾ, ਮੈਂ ਚਲੋ ਹਮੇਸ਼ਾ ਰੈਸ਼ਨਲ ਕਰਦੇ ਆ। ਚਲੋ ਮੈਂ ਲਾਈਟਰ ਮੋਡ ਤੇ ਪੁੱਛ ਰਿਹਾ, ਪਰ ਇਹ ਸਵਾਲ ਬੜਾ ਸੰਜੀਦਾ ਹੈਗਾ, ਲੋਕ ਤੁਹਾਨੂੰ ਨਹੀਂ ਪੁੱਛਦੇ ਕਿ ਹਾਂ ਭਈ ਇਹ ਇਕੱਲੇ ਪਾਰਟੀ ਦੇ ਫਿਕਰ ਦੀ ਗੱਲ ਨਹੀਂ, ਸਿਆਸੀ ਲੋਕਾਂ ਲਈ ਫਿਕਰ ਦੀ ਗੱਲ ਆ ਵੀ ਨੈਤਿਕਤਾ ਹੈ ਕਿੱਥੇ। ਛੱਡ ਕੇ ਨਾਲ ਜੇ ਤੁਸੀਂ ਸਵਾਲ ਵਰਤੋ ਨਾ, ਤੁਹਾਤੋ ਸਾਹਮਣੇ ਨਹੀਂ ਗਏ, ਉਹ ਜ਼ਿਆਦਾ ਨਹੀਂ। ਚਲੋ ਸਾਹਮਣੇ ਨਹੀਂ ਗਏ, ਸਾਹਮਣੇ ਨਹੀਂ ਗਏ। ਸਰਜੀਤ ਸਿੰਘ ਸਵੈਚ, ਹੁਣ ਸਾਰੇ ਤੁਸੀਂ ਸਾਹਮਣੇ ਆ। ਖੈਰ ਮਕਦਮ ਕਰਾਂਗੇ, ਕੋਈ ਸਾਡੇ ਕੋਲ ਆਏਗਾ, ਖੈਰ ਮਕਦਮ ਕਰੋਗੇ, ਇਸਦੇ ਨਾਲ ਬੋਝ ਨਹੀਂ ਪਊਗਾ ਸਾਰਿਆਂ ਤੇ। ਕਾਹਦਾ? ਜਿਹੜੀ MLAਸ਼ਿਪ ਉਹਨਾਂ ਜਾਊਗੀ, ਦੂਜੀ ਪਾਰਟੀ ਜਾਣਗੇ ਉਹ ਜਿਮਨੀ ਚੋਣਾਂ। ਦੇਖੋ ਜਿਹੜੀ ਇਹ ਚੋਣਾਂ, ਤੁਹਾਨੂੰ ਜਿਮਨੀ ਚੋਣਾਂ ਲਾ ਕਿਉਂ ਚਾਹ ਚੜਿਆ? ਨਹੀਂ ਜਿਮਨੀ ਚੋਣਾਂ ਜਿਹੜੇ ਸਾਡੇ, ਦੇਖੋ ਸਿਰਫ ਜਿਹੜੀ ਇਹ ਪਾਰਲੀਮੈਂਟ ਦੀ ਜਿਹੜੇ ਚੋਣ ਲੜ ਰਹੇ ਨਾ ਜੀ, MP ਜਿਹੜੇ ਲੜ ਰਹੇ ਨੇ, ਉਹਦੇ ਨਾਲ ਸਿਰਫ ਦੋ ਸੀਟਾਂ ਖਾਲੀ ਹੋਣਗੀਆਂ। ਨਹੀਂ ਨਹੀਂ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਜਿਹੜੀ ਆਮ ਆਦਮੀ ਪਾਰਟੀ ਦੇ ਮਾਨਸ਼ਾਹ ਹੋ ਲੈਤਾ, ਉਹਨਾਂ ਦਾ ਵੀ ਜ਼ਿਕਰ ਕਰ ਰਹੇ ਨਾਲ। ਟੋਟਲ 9 ਬੰਦੀਆਂ ਨੇ ਜੀ, ਜਿਹੜੀਆਂ ਤਾਂ ਪਾਰਲੀਮੈਂਟ ਦੀਆਂ MP ਲੜ ਰਹੇ ਨੇ, ਉਹ ਸਿਰਫ ਦੋ ਖਾਲੀ ਹੋਣਗੀਆਂ, ਇੱਕ ਰਾਜਾ ਵਡਿੰਗ ਦੀ ਹੋਏਗੀ, ਇੱਕ ਰਾਜਾ ਵਡਿੰਗ ਦੀ ਹੋਏਗੀ, ਰਾਜਕੁਮਾਰ ਚੱਬੇ ਵਾਲਾ, ਇੱਕ ਰਾਜਕੁਮਾਰ ਚੱਬੇ ਵਾਲਾ। ਚਲੋ ਜਿੱਤਣਗੇ, ਬਸ ਗੱਲ ਵੱਖਰੀ ਹੈ ਨਾ, ਜਿੱਤਣ ਤੋਂ ਬਾਅਦ ਮੈਂ ਉਹਨਾਂ ਦੀ ਗੱਲ ਕਰਾਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਤੁਸੀਂ ਜਿੱਤੇ। ਜਿੱਤਣਗੇ ਮੈਂ ਉਹਨਾਂ ਦੀ ਗੱਲ ਕਰ ਰਿਹਾ, ਜਿਹੜੇ ਜਿੱਤਣਗੇ ਉਹਨਾਂ ਦੀ ਗੱਲ ਕਰ ਰਿਹਾ ਮੈਂ, ਹੋਰ ਦੀ ਗੱਲ ਨਹੀਂ ਕਰ ਰਿਹਾ। ਅਫਗਾਨਿਸਤਾਨ ਵਾਲੀ ਉਧਰ ਕੁੱਕੜਾਂ ਦੀ ਲੜਾਈ ਨੀ ਹੁੰਦੀ, ਇਹ ਜਿਹੜੇ ਮੈਂ ਇੱਕ ਦੂਜੀ ਪਾਰਟੀ ਤੋਂ ਰਲਾ ਕੇ ਨਾ, ਇਹ ਮਹਾਰਾਜਾ ਸਾਹਿਬ ਸ਼ਾਇਦ ਉਹ ਲੜਾਈ ਪੰਜਾਬ ਦੀ ਦੇਖਣਾ ਚਾਹੁੰਦੇ ਆ, ਉੱਥੇ ਪੰਜਾਬ ਦੇ ਪੈਸੇ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਸਪੈਸ਼ਲੀ ਜਿਹੜੇ ਉਧਰੋਂ MLA ਇਸ ਹਿਸਾਬ ਨਾਲ ਰਲਾਏ ਜਾਂਦੇ। ਚਲੋ ਜੀ ਸੰਜੀਵ, ਹੁਣ ਦਿੱਕਤ ਹੈ ਕਿੱਥੇ ਹੈ? ਪੰਜਾਬ ਜਿਹੜਾ ਆਪਦਾ ਐਗਜ਼ਿਟ ਪੋਲ ਤਿਆਰ ਕੀਤਾ ਜਾ ਰਿਹਾ ਹੈਗਾ, ਇਸ ਦਾ ਫਾਇਦਾ ਕਿਸ ਨੂੰ ਹੋਵੇਗਾ? ਦੇਖੋ ਆਮ ਆਦਮੀ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ ਜਿਹਨੂੰ PDA ਕਹਿੰਦੇ ਆ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ CPM, ਇਹ ਧਿਰਾਂ ਨੇ ਜਿਹੜੀਆਂ ਅੱਡ ਅੱਡ ਤੌਰ 'ਤੇ ਇਲੈਕਸ਼ਨ ਲੜੀਆਂ, ਭਾਵੇਂ CPM ਦਾ ਇੱਕੋ ਆਨੰਦਪੁਰ ਸਾਹਿਬ ਤੋਂ ਰਘੁਨਾਥ ਹੀ ਇਲੈਕਸ਼ਨ ਲੜ ਰਿਹਾ। ਜੋ ਮੈਂ ਮਹਿਸੂਸ ਕਰਦਾ, ਅਸਿੱਧੇ ਢੰਗ ਨਾਲ ਜਦੋਂ ਵਿਰੋਧੀ ਧਿਰਾਂ ਦੀਆਂ ਵੋਟਾਂ ਵੰਡੀਆਂ ਜਾਣਗੀਆਂ, ਸ਼੍ਰੋਮਣੀ ਅਕਾਲੀ ਦਲ ਦੀਆਂ, PDA ਦੀਆਂ, ਆਮ ਆਦਮੀ ਪਾਰਟੀ ਦੀਆਂ, CPM ਦੀਆਂ, ਟਕਸਾਲੀਆਂ ਦੀਆਂ, ਤਾਂ ਇਹਦਾ ਲਾਭ ਕਿਹਨੂੰ ਜਾਣਾ? ਹੁਕਮਰਾਨ ਪਾਰਟੀ ਕਾਂਗਰਸ ਨੂੰ ਜਾਣਾ। ਸਵੈਦ ਸਾਹਿਬ ਐਵੇਂ ਨਹੀਂ ਸਮਾਈਲ ਦੇਈ ਜਾ ਰਹੇ, ਇਹ ਲੜਾਈ ਦਾ ਫਾਇਦਾ ਜਿਹੜਾ ਹੈ, ਇਹ ਮੈਨੂੰ ਲੱਗਦਾ ਕਾਂਗਰਸ ਨੂੰ ਇਹਦਾ ਫਾਇਦਾ ਹੋਣਾ। ਇੱਕ ਸਵਾਲ ਜਿਹੜਾ ਕੀਤਾ ਸੀ ਉਹਨੂੰ ਆਪਾਂ ਲੈ ਨਹੀਂ ਸਕੇ ਵੀ ਸੰਗਰੂਰ ਤੱਕ ਸੀਮਤ ਰਹੇਗੀ, ਤੁਸੀਂ ਬਿਲਕੁਲ ਠੀਕ ਕਹਿੰਦੇ ਜੇ ਇਹ ਸੰਘੜਾ ਸਾਹਿਬ, ਇਹ ਵੀ ਚਿੰਤਾ ਵਾਲੀ ਗੱਲ ਹੈ। ਜਦੋਂ ਦੇ ਭਗਵੰਤ ਮਾਨ ਜੀ ਪ੍ਰਧਾਨ ਬਣੇ ਨੇ ਦੁਬਾਰਾ, ਤੁਹਾਡੀ ਪਾਰਟੀ ਸੰਗਰੂਰ ਤੱਕ ਸੀਮਤ ਰਹਿ ਗਈ ਹੈ। ਜੇ ਕੇਜਰੀਵਾਲ ਸਾਹਿਬ ਦੀ ਰੈਲੀ ਹੋਈ ਤਾਂ ਬਰਨਾਲਾ 'ਚ ਹੋਈ, ਜੇ ਮਨੀਸ਼ ਸਿਸੋਦੀਆ ਜੀ ਜਿਹੜੇ ਪੰਜਾਬ ਦੇ ਇੰਚਾਰਜ ਨੇ, ਉਹਨਾਂ ਨੇ ਆ ਕੇ ਵਰਕਰਾਂ ਦੀ ਸਕੂਲਿੰਗ ਕੀਤੀ ਅਤੇ ਉਹ ਵੀ ਸੰਗਰੂਰ 'ਚ ਹੋਈ, ਅਤੇ ਜਿਹੜੀਆਂ ਕੋਰ ਕਮੇਟੀ ਦੀਆਂ ਮੀਟਿੰਗਾਂ ਪਿਛਲੇ ਦਿਨਾਂ 'ਚ ਹੋਈਆਂ ਉਹ ਵੀ ਸੰਗਰੂਰ 'ਚ ਹੋਈਆਂ। ਸੋ ਮੈਨੂੰ ਲੱਗਦਾ ਵੀ ਸ਼ਾਇਦ ਆਮ ਆਦਮੀ ਪਾਰਟੀ ਸਾਰਾ ਧਿਆਨ ਸੰਗਰੂਰ 'ਚ ਦੇ ਰਹੀ ਹੈ। ਇਹਦੇ ਨਾਲ ਮੈਨੂੰ ਲੱਗਦਾ ਵੀ ਜਿਹੜੇ ਹੋਰ 12 ਕੈਂਡੀਡੇਟ ਨੇ ਪੰਜਾਬ 'ਚ ਇਹਨਾਂ ਦੇ ਖੜ੍ਹੇ, ਉਹ ਬੜੇ ਆਪਣੇ ਆਪ ਨੂੰ ਅਲੱਗ ਥਲੱਗ ਫੀਲ ਕਰ ਰਹੇ ਨੇ। ਜਮਾਨਤ ਜ਼ਬਤ ਹੋਣੀ, ਕਿੰਨੇ ਜਿੱਤਣਾ, ਉਹ ਵੱਖਰੀ ਗੱਲ, ਪਰ ਮੈਨੂੰ ਲੱਗਦਾ ਵੀ ਚੋਣ ਕੰਪੇਨ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕਾਫੀ ਮੁਸ਼ਕਲ ਆ ਰਹੀ ਹੈ। ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਅਸੀਂ ਮਤਲਬ ਜੇ ਕਾਗਜ਼ ਦਾਖਲ ਹੋ ਰਹੇ ਆ, ਇਸ ਕੰਮ ਤੋਂ ਬਾਅਦ ਕੇਜਰੀਵਾਲ ਸਾਹਿਬ ਵੀ ਆ ਰਹੇ ਆ, ਸਾਰੀਆਂ ਥਾਵਾਂ 'ਤੇ ਅਸੀਂ ਰੈਲੀਆਂ ਕਰ ਰਹੇ ਹਾਂ, ਭਗਵੰਤ ਮਾਨ ਜੀ ਵੀ ਥਾਂ ਥਾਂ ਜਾਣਗੇ, ਕਿਉਂਕਿ ਇਲੈਕਸ਼ਨ ਆਪਣੀ ਲੇਟ ਹੈ ਨਾ, 19 ਤਰੀਕ ਨੂੰ ਆ ਪੰਜਾਬ ਦੀ ਲਾਸਟ ਗੇਟ ਦੇ ਵਿੱਚ। ਸੋ ਤੁਸੀਂ ਇਹ ਨਹੀਂ ਮੰਨਦੇ ਪੰਜਾਬ 'ਚ ਸੰਗਰੂਰ ਤੱਕ ਸੀਮਤ ਹੋ ਗਿਆ? ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ, ਸੰਗਰੂਰ 'ਚ ਸਾਡਾ ਜ਼ਿਆਦਾ ਜ਼ੋਰ ਆ, ਕਿਉਂਕਿ ਉੱਥੇ ਸਾਡੇ ਪ੍ਰਧਾਨ ਜੀ ਨੇ, ਉੱਥੇ ਭਗਵੰਤ ਮਾਨ ਜੀ ਹਮੇਸ਼ਾ ਹਲਕੇ 'ਚ ਰਹੇ, ਸਾਰੇ MP ਜੀ ਨਾਲ ਬੈਸਟ ਕੰਮ ਕੀਤਾ ਉਹਨਾਂ ਨੇ, ਉੱਥੇ ਸ਼ਰੇਆਮ ਦਿਸਦਾ ਹੈ ਬਾਵਜੂਦ ਇੰਨੇ ਵਿਰੋਧ ਦੇ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਭਗਵੰਤ ਨੂੰ ਬਦਨਾਮ ਕਰਨ ਦੇ ਚੱਕਰ 'ਚ ਪਈਆਂ, ਤਾਂ ਵੀ ਭਗਵੰਤ ਚਮਕ ਰਿਹਾ, ਇਸ ਕਰਕੇ ਉੱਥੇ ਜ਼ਿਆਦਾ ਮੀਡੀਆ ਤਾਂ ਨਹੀਂ ਬਦਨਾਮ ਕਰ ਰਿਹਾ ਆਮ ਆਦਮੀ, ਮੀਡੀਆ ਤਾਂ ਨਹੀਂ ਬਦਨਾਮ ਕਰ ਰਿਹਾ ਆਮ ਆਦਮੀ। ਦੇਖੋ ਮੀਡੀਆ ਨਾਲ ਕਾਹਨੂੰ ਪੰਗੇ ਪਵਾਉਣੇ, ਇਸ ਸਥਿਤੀ 'ਚ ਤਾਂ ਮੈਂ ਚਾਹਵਾਂ ਮੈਂ ਕੰਮ ਨਹੀਂ ਤੁਹਾਡੇ ਕੋਲ ਚਾਹੁੰਦਾ।
ਸੰਗਰੂਰ ਤੱਕ ਸੀਮਤ ਰਹਿ ਗਈ। ਚਲੋ ਮੈਂ ਇੱਕ ਆਖਰੀ ਸਵਾਲ ਤੁਹਾਡਾ ਲੈਣਾ ਸੰਗੇੜਾ ਸਾਹਿਬ, ਫਿਰ ਮੈਂ ਚਰਚਾ ਸਮਾਪਤ ਕਰਨੀ ਹੈ। ਕੀ ਪੰਜਾਬ ਚੋਂ ਝਾੜੂ ਸਾਫ਼ ਹੈ ਜਾਂ ਕੋਈ ਤੀਲੇ ਬਾਕੀ ਹੈ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਦੇਖੋ, ਜਿੰਨੇ ਵੀ ਸੰਘਰਸ਼ ਉੱਠਦੇ ਆ, ਇਹ 'ਚ ਕੋਈ ਸ਼ੱਕ ਨਹੀਂ ਹੈ, ਕਈ ਵਾਰੀ ਸੰਘਰਸ਼ ਦੱਬ ਵੀ ਜਾਂਦੇ ਆ। ਹਾਂਜੀ, ਆਸਾਮ ਗਣ ਪਰਿਸ਼ਦ ਪਾਰਟੀ ਖਤਮ ਹੀ ਹੋ ਗਈ। ਮੈਂ ਤਾਂ ਸਟੂਡੈਂਟ ਸੀਗਾ, ਉਹ ਸਟੂਡੈਂਟ ਲੀਡਰ ਸੀਗਾ ਜਿਹੜਾ ਉੱਥੇ ਮੂਵਮੈਂਟ ਚਲਾ ਰਿਹਾ ਸੀਗਾ। ਉਹਨੇ ਉਹ ਮੁੱਖ ਮੰਤਰੀ ਬਣ ਗਿਆ, ਐਜੀਟੇਸ਼ਨ ਤੋਂ ਬਾਅਦ ਇਲੈਕਸ਼ਨ ਹੋ ਗਈ, ਇਲੈਕਸ਼ਨ ਤੋਂ ਬਾਅਦ ਉਹਦੀ ਪਾਰਟੀ, ਉਹ ਸਟੂਡੈਂਟ ਯੂਨੀਅਨ ਜਿਹੜੀ ਸੀ, ਉਹੀ ਜਿੱਤ ਗਈ। ਉਹਨੇ ਮੁੱਖ ਉਹੀ ਆਪਣਾ ਬਿਸਤਰਾ, ਸਿੰਪਲ ਜਿਹਾ ਬਿਸਤਰਾ ਸੀ ਐਮ ਓ ਚੋਂ ਲੈ ਕੇ ਗਿਆ ਸੀਗਾ। ਉਸ ਪਾਰਟੀ ਨੇ ਆਪਣਾ ਕਾਡਰ ਨਹੀਂ ਤਿਆਰ ਕੀਤਾ, ਉਹਨੇ ਲੋਕਾਂ ਸੁਧਾਰ ਨਹੀਂ ਕਰ ਸਕੀ, ਖਤਮ ਹੋ ਗਈ। ਸੋ ਪਾਰਟੀ ਜਿੱਦਾਂ ਤੁਸੀਂ ਕਹਿੰਦੇ ਨਾ, ਘਟਨਾਵਾਂ ਨਾਲ ਨਹੀਂ ਖਤਮ ਹੁੰਦੀਆਂ। 100 ਨਾਜਰ ਸਿੰਘ ਮਾਨਸ਼ਾਹ ਜਾਂ ਹੋਰ ਆਉਣਗੇ, ਪਤਾ ਨਹੀਂ ਕਿੰਨੇ ਲੋਕਾਂ ਨੂੰ ਦੁੱਖ ਲੱਗਣਾ ਸਾਡੇ ਨਾਲ ਜੁੜਨਗੇ। ਜਿੰਨੀ ਦੇਰ ਅਸੀਂ ਆਪਣੀ ਲਾਈਨ ਨਹੀਂ ਛੱਡਦੇ, ਅਸੀਂ ਵਧਾਂਗੇ, ਅਸੀਂ ਜ਼ਰੂਰ ਜਿੱਤਾਂਗੇ, ਕੋਈ ਗੱਲ ਨਹੀਂ। ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਕੀ ਪਤਾ ਮੈਂ ਹੁਣ ਤੱਕ ਆਮ ਆਦਮੀ ਪਾਰਟੀ 'ਚ ਕਿੰਨਾ ਨੁਕਸਾਨ ਕਰਾਇਆ, ਵਿੱਤੀ ਨੁਕਸਾਨ ਵੀ, ਆਪਣੇ ਸਮੇਂ ਦਾ ਨੁਕਸਾਨ ਵੀ, ਮੈਂਟਲ ਨੁਕਸਾਨ ਵੀ, ਪਰ ਮੈਂ ਮਰਦੇ ਦਮ ਤੱਕ ਆਮ ਆਦਮੀ ਪਾਰਟੀ ਛੱਡੂਗਾ। ਮੇਰੇ ਵਰਗੇ ਬਹੁਤ ਨੇ, ਤੁਹਾਨੂੰ ਪਤਾ ਹੀ ਨਹੀਂ ਹੈ। ਮੈਨੂੰ ਡਾਕਟਰ ਜਗਿੰਦਰ ਦਿਆਲ ਨੇ CPI ਛੱਡਤੀ, CPI ਖਤਮ ਹੋਣ ਕਿਨਾਰੇ ਆ ਪੰਜਾਬ 'ਚ, ਸਾਡੇ ਵਿੱਚ ਬਹੁਤ ਡਾਕਟਰ ਜਗਿੰਦਰ ਦਿਆਲ। ਸੰਗੜਾ ਸਾਹਿਬ, ਸਵਾਲ ਹੈ ਇਸ ਕਰਕੇ, ਇਦਾਂ ਦੀ ਕੋਈ ਗੱਲ ਨਹੀਂ ਹੈ। ਮਾਸਟਰ ਬਲਦੇਵ ਸਿੰਘ ਵੀ ਕਹਿੰਦੇ ਸੀ ਮੈਨੂੰ ਵਿੱਤੀ ਨੁਕਸਾਨ ਹੋਇਆ, ਤੁਸੀਂ ਵੀ ਕਹਿ ਰਹੇ ਹੋ। ਮੈਂ ਹੋਰ ਤਰੀਕੇ ਨਾਲ ਕਹਿ ਰਿਹਾ, ਮੈਂ ਤਾਂ ਇਹ ਕਹਿ ਰਿਹਾ ਵੀ ਅਸੀਂ ਕੁਰਬਾਨੀ ਵਾਲੇ ਬੰਦੇ ਹਾਂ, ਅਸੀਂ ਆਪਣਾ ਜੋ ਮਰਜ਼ੀ, ਅਸੀਂ ਪਾਰਟੀ ਲਈ ਸਾਰਾ ਕੁਝ ਵਾਰਨ ਨੂੰ ਤਿਆਰ ਹਾਂ। ਪਾਰਟੀ ਨੇ ਮੇਰਾ ਘਰ ਜਿਹੜਾ, ਹਾਂਜੀ, ਉਹ ਆਪੇ ਹੀ ਛੱਡ ਦਿੱਤਾ, ਮੈਂ ਤਾਂ ਮੰਗਿਆ ਨਹੀਂ ਸੀ ਪਾਰਟੀ ਤੋਂ। ਜੇ ਪਾਰਟੀ ਨੇ ਕਹਿਤਾ ਵੀ ਹੁਣ ਪੰਜਾਬ ਹੈ ਤਾਂ ਆਪਣਾ ਭੁੱਖਿਆ ਨਹੀਂ, ਦਿੱਲੀ ਆ ਜਾਓ ਤੁਸੀਂ, ਚੱਲ ਜਾਓਗੇ? ਮੈਂ ਚੱਲ ਜਾਊਂਗਾ, ਪਰ ਇਦਾਂ ਦੀ ਕੋਈ ਗੱਲ ਨਹੀਂ, ਪੰਜਾਬ ਲਈ ਲੜਾਂਗੇ ਪਹਿਲਾਂ। ਚਲੋ ਠੀਕ ਹੈ, ਬਹੁਤ ਧੰਨਵਾਦ, ਬਹੁਤ ਧੰਨਵਾਦ। ਪਰ ਜੇ ਪਾਰਟੀ ਕੁਰਬਾਨੀਆਂ ਦਾ ਤੁਹਾਨੂੰ ਪਤਾ ਨਹੀਂ, ਇਹਨਾਂ ਨੂੰ ਟਿਕਟ ਦੇ ਕੇ ਅੱਧ ਵਟਿਓ ਟਿਕਟ ਵਾਪਸ ਲੈ ਲਈ, ਤਾਂ ਵੀ ਉਦੋਂ ਤਾਂ ਵੀ ਖੜੀ, ਤਾਂ ਵੀ ਪਾਰਟੀ ਮੇਰੀ ਕੇਂਦਰ 'ਚ ਡਿਊਟੀ ਲਾਉਂਦੀ ਹੈ। ਮੈਂ ਸਵੇਰੇ ਬੋਰੀਆ ਬਿਸਤਰਾ ਚੱਕ ਕੇ ਕਿਹਾ, ਚਲੋ ਅੱਜ ਤੁਸੀਂ ਪਰ ਪੰਜਾਬ ਤੁਸੀਂ ਖਤਮ ਨਹੀਂ ਹੁੰਦੇ, ਪੰਜਾਬ 'ਚ ਰਾਜ ਕਰਾਂਗੇ, ਨਿੱਜੀ ਗੱਲ ਲੋਕਾਂ ਦੇ ਮਸਲੇ ਹੱਲ ਕਰਾਂਗੇ, ਦਲਿਤਾਂ ਦੇ ਭਲਾਈ ਦੀ ਗੱਲ ਕਰਾਂਗੇ, ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ। ਸੰਗੜਾ ਸਾਹਿਬ, ਨਿੱਜੀ ਗੱਲ ਤੁਸੀਂ ਛੇੜ ਲਈ ਆ, PCR ਇੱਕ ਮਿੰਟ ਮੈਨੂੰ ਹੋਰ ਦੇ ਦਿਓ ਥੋੜਾ ਜਿਹਾ। ਸੰਗੜਾ ਸਾਹਿਬ, ਤੋਂ ਮੈਂ ਇੱਕ ਨਿੱਜੀ ਸਵਾਲ ਵੀ ਲੈਣਾ, ਨਕੋਦਰ ਵਾਲੀ ਟਿਕਟ ਕਿਉਂ ਵਾਪਸ ਲੈ ਲਈ ਤੁਹਾਡੇ ਤੋਂ? ਆਹ ਕੋਈ ਗੱਲ ਨਹੀਂ, ਚਲੋ ਪੁਰਾਣੀਆਂ ਗੱਲਾਂ ਹੋ ਗਈਆਂ, ਪਾਰਟੀ ਦੀ ਗੱਲ ਕਰਦੇ ਹੋ, ਮੈਂ ਤਾਂ ਛੇੜ ਲਈ, ਨਿੱਜੀ ਗੱਲ ਕਰਦੇ। ਗੁਰਪ੍ਰੀਤ ਸਿੰਘ ਘੁੱਗੀ ਜੀ ਨੂੰ ਉੱਥੇ ਬਟਾਲੇ ਤੋਂ ਟਿਕਟ ਮਿਲ ਗਈ, ਕਿ ਕੇਂਦਰ 'ਚ ਕੋਈ ਨਹੀਂ ਸਿਗਲ ਨੇ ਮੈਨੂੰ ਲਿਆ ਕੇ। ਚਲੋ, ਬਹੁਤ ਧੰਨਵਾਦ ਸੰਗੜਾ ਸਾਹਿਬ, ਤੁਸੀਂ ਬਹੁਤ ਬੇਬਾਕੀ ਨਾਲ ਜਵਾਬ ਦਿੱਤੇ ਆ, ਬੜਾ ਔਖਾ ਸੀ ਤੁਹਾਡੇ ਲਈ ਅੱਜ ਇਹ ਵਿਸ਼ਾ। ਸੁਰਜੀਤ ਸਿੰਘ ਸਵਾਇ, ਤੁਹਾਡਾ ਵੀ ਬਹੁਤ ਧੰਨਵਾਦ, ਬੁੱਢ ਸਿੰਘ ਬਰਾਗੀ, ਤੁਹਾਡਾ ਵੀ ਬਹੁਤ ਧੰਨਵਾਦ, ਤਰਲੋਚਨ ਸਿੰਘ, ਤੁਸੀਂ ਬਹੁਤ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਵੀ ਬਹੁਤ ਧੰਨਵਾਦ। ਕਿ ਪੰਜਾਬ 'ਚ ਸੰਗਰੂਰ ਤੱਕ ਸੀਮਤ ਹੋ ਗਈ ਆਪ, ਅਸੀਂ ਇਹ ਸਵਾਲ ਕੀਤਾ ਸੀ ਕਿ ਆਪ ਪੰਜਾਬ 'ਤੇ ਸਾਫ਼ ਹੋ ਗਿਆ ਸਭ ਕੁਝ ਝਾੜੂ, ਅਸੀਂ ਇਹ ਸਵਾਲ ਕੀਤਾ ਸੀ। ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲੇ ਹੈ ਕਿ ਉਹ ਸਾਰਾ ਸਵਾਲਾਂ ਦੇ ਜਵਾਬ ਭਵਿੱਖ ਦੀ ਗੋਦ ਵਿੱਚ ਹੈ ਗਿਆ। 23 ਤੱਕ ਦਾ ਇੰਤਜ਼ਾਰ ਕਰੋ, 23 ਤੋਂ ਬਾਅਦ ਚੀਜ਼ਾਂ ਬਹੁਤ ਸਾਫ਼ ਹੋਣਗੀਆਂ, ਝਾੜੂ ਕਿੰਨਾ ਬਾਕੀ ਹੈ। ਬਹੁਤ ਧੰਨਵਾਦ। ਮੈਂ ਕਿਵੇਂ